ਪਾਵਨ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੱਜੀ ਸواری ਗੁਰੂ ਸੋਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੋਪ ਸਾਧ ਸੰਗਤ ਜੀਓ ਵਟਪਾਗੀ ਹੋ ਗੁਰੂ ਚਰਨਾਂ ਵਿੱਚ ਸੱਜ ਕੇ ਮਹਾਪੁਰਸ਼ਾਂ ਤੋਂ ਤੁਸੀਂ ਇੱਕ ਹਫ਼ਤਾ ਅਕਾਲ ਪੁਰ ਸੱਚੇ ਵਾਹਿਗੁਰੂ ਜੀ ਦੀ ਅਕਾਲੀ ਬਾਣੀ ਅਤੇ ਦਸਮ ਪਾਤਸ਼ਾਹ ਦੇ ਪਰਿਵਾਰ ਅਤੇ ਉਹਨਾਂ ਦੇ ਪ੍ਰਾਣਾ ਤੋਂ ਪਿਆਰੇ ਖਾਲਸੇ ਵੱਲੋਂ ਤੇਗ ਨਾਲ ਬਣਾਏ ਇਤਿਹਾਸ ਦੀ ਕਥਾ ਅਤੇ ਕੀਰਤਨ ਸੁਣਨ ਰਾਹੀਂ ਆਪਣਾ ਜੀਵਨ ਸਫਲਾ ਕਰਨ ਲਈ ਤੁਸੀਂ ਲਾਹਾ ਲਿਆ ਇਹ ਗੁਰੂ ਘਰ ਹੈ ਗੁਰੂ ਦੀ ਸੰਗਤ ਹੈ ਸੰਗਤ ਹੀ ਸਰੋਵਰ ਹੈ ਜਿਸ ਸਰੋਵਰ ਦੇ ਵਿੱਚੋਂ ਸਿੱਖ ਨਾਮ ਦੀ ਕਣੀ ਲੈਣ ਲਈ ਆਉਂਦਾ ਹੈ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਨੇ ਹਰ ਹਾਂ ਹਾਂ ਗੁਰੂ ਸਾਹਿਬ ਫਰਮਾਉਂਦੇ ਹਨ ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਨੇ ਬਨਾ ਦੇ ਵਿੱਚ ਪਪੀਹਾ ਬੱਦਲਾਂ ਦੇ ਵਿੱਚ ਉਡਾਰੀਆਂ ਮਾਰਦਾ ਤੇ ਇੱਕ ਲੱਭਦਾ ਕੀ ਹੈ ਬੱਦਲਾਂ ਦੀ ਕਣੀ ਨਿਸ਼ਚਤਰ ਸ਼ਾਂਤੀ ਦੀ ਬੂੰਦ ਜਿਹੜਾ ਜਿਹੜੀ ਬੂੰਦ ਉਸਦਾ ਜੀਵਨ ਹੁੰਦੀ ਹੈ। ਤੋਂ ਗੁਰੂ ਸਾਹਿਬ ਕਹਿੰਦੇ ਕਿ ਮੈਂ ਉਹਨਾਂ ਸਿੱਖਾਂ ਤੋਂ ਬਲਹਾਰ ਜਾਂਦਾ ਹਾਂ ਜਿਹੜੇ ਸੰਗਤ ਦੇ ਸਰੋਵਰ ਵਿੱਚੋਂ ਨਾਮ ਦੀ ਕਣੀ ਲੱਭਦੇ ਨੇ। ਤੇ ਇਹ ਨਾਮ ਦੀ ਕਣੀ 84 ਲੱਖ ਜੁਨਾਂ ਤੋਂ ਬਾਅਦ ਇੱਕ ਮਨੁੱਖਾ ਜਨਮ ਨੂੰ ਸਫਲ ਕਰਨ ਲਈ ਗੁਰੂ ਦਿੰਦਾ। ਕਬੀਰ ਸੇਵਾ ਕੋ ਦੁਇ ਭਲੇ ਏਕ ਸੰਤੇ ਇਕਰਾਮ RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਪ੍ਰਮਾਤਮਾ ਦੀ ਸੇਵਾ ਹੈ ਉਸ ਦੀ ਬੰਦਗੀ ਉਸ ਦਾ ਨਾਮ ਸਿਮਰਨ ਤੇ ਗੁਰੂ ਦੀ ਸੇਵਾ ਹੈ ਉਸ ਦੀ ਆਗਿਆ ਵਿੱਚ ਉਸ ਦੀ ਸਰਪ੍ਰਸਤੀ ਵਿੱਚ ਸੰਗਤਾਂ ਦੀ ਸੇਵਾ ਕਰਨੀ ਅਤੇ ਉਹ ਮਰਿਆਦਾ ਅਖਤਿਆਰ ਕਰਨੀ ਜੀਵਨ ਜਾਂਚ ਅਖਤਿਆਰ ਕਰਨੀ ਜਿਸ ਮਰਿਆਦਾ ਵਿੱਚ ਰਹਿ ਕੇ ਪਰਮਾਤਮਾ ਦਾ ਪਿਆਰ ਮਿਲ ਸਕੇ ਸੋ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਇਹ ਦਸਤਾਉਤ ਮਿਲਦੇ ਨੇ ਉਪਦੇਸ਼ ਮਿਲਦੇ ਨੇ ਕਿ ਜਦੋਂ ਕਿਸੇ ਵੀ ਸਿੱਖ ਤੇ ਅਕਾਲ ਪੁਰਖ ਮਿਹਰਬਾਨ ਹੋਵੇ ਕਿਰਪਾ ਕਰੇ ਉਦੋਂ ਉਹ ਸੰਗਤ ਚ ਆਉਂਦਾ ਹੈ ਤੂੰ ਸੰਗਤ ਦੇ ਵਿੱਚ ਆ ਕੇ ਉਸ ਨੂੰ ਜੋ ਸੰਗਤ ਦਾ ਰੰਗ ਲੱਗਦਾ ਉਦੋਂ ਗੁਰੂ ਦੀ ਸ਼ਰਨ ਚ ਆਉਂਦਾ ਹੈ ਤੇ ਜਦੋਂ ਗੁਰੂ ਦੀ ਸ਼ਰਨ ਵਿੱਚ ਆਵੇ ਤੇ ਆਗਿਆ ਅਨੁਸਾਰ ਮੈਂ ਰਹਿਤ ਮਰਿਆਦਾ ਅਨੁਸਾਰ ਜੀਵਨ ਬਤੀਤ ਕਰੇ ਫਿਰ ਪ੍ਰਮਾਤਮਾ ਦਾ ਪਿਆਰ ਮਿਲਦਾ ਫਿਰ ਇਹ ਮਨੁੱਖਾ ਜੀਵਨ ਸਫਲ ਹੁੰਦਾ ਤੋਂ ਵਰਨਾ ਮਰ ਮਰ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਇਆ ਪਿਆ ਦੇਸ਼ ਲੰਮੇ ਵਾਲਾ ਨਰਕ ਭੋਗਦੀ ਹੈ ਆਤਮਾ 84 ਲੱਖ ਜੂਨਾਂ ਦਾ ਤੋਂ ਅਸੀਂ ਸਮਝ ਬੈਠੇ ਹੈ ਕਾਇਆ ਅਮਰ ਹੈ ਅਸੀਂ ਅਮਰ ਹਾਂ ਅਸੀਂ ਮਰਨਾ ਨਹੀਂ ਕੋਈ ਸਿਵਿਆਂ ਦੇ ਵਿੱਚ ਜਾਂਦਾ ਹੈ ਤੇ ਉਹਨੂੰ ਥੋੜੀ ਦਿਰ ਲਈ ਉਹਨੂੰ ਭੈ ਲੱਗਦਾ ਕਿ ਅਸਾਂ ਵੀ ਮਰਨਾ ਹੈ ਪਰ ਜਦੋਂ ਸਿਵਿਆਂ ਚੋਂ ਬਾਹਰ ਆ ਜਾਂਦਾ ਹੈ ਤੇ ਫਿਰ ਉਹਨੂੰ ਭੁੱਲ ਜਾਂਦੀ ਆਪਣੀ ਮੌਤ ਇਹ ਸਾਡੀ ਇਹ ਹਾਲਤ ਹੈ ਤੋ ਅਮਰਤ ਕਾਇਆ ਰਹੇ ਸੁਖਾਲੀ ਬਾਜੀ ਇਹ ਸੰਸਾਰੋ ਲਭ ਲੋਭ ਮੁਚਕੂੜ ਕਮਾਵੇ ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁੱਲਦੀ ਦੇਖੀ ਜਿਉਂ ਤਾਰੇ ਉੱਪਰ ਛਾਰੋ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਜਿਸ ਕਾਇਆ ਨੂੰ ਜਿਸ ਆਤਮਾ ਨੂੰ ਤੂੰ ਅਮਰ ਸਮਝੀ ਬੈਠਾ ਹੈ ਉਸ ਨੂੰ ਮੈਂ ਰੁਲਦਿਆਂ ਦੇਖਿਆ ਜਿਉਂ ਤਰ ਉਪਰਛਾਰੋ ਜਿਵੇਂ ਧਰਤੀ ਤੇ ਸਵਾ ਰੁਲਦੀ ਤੋ ਗੁਰੂ ਸਾਹਿਬ ਉਪਦੇਸ਼ ਦਿੰਦੇ ਨੇ ਸੁਣ ਸੁਣ ਸਿੱਖ ਹਮਾਰੀ ਸੋ ਕੀਰਤ ਕੀਤਾ ਰਹਸੀ ਮੇਰੇ ਜੀੜੇ ਬਹਰ ਨ ਆਵੇ ਵਾਰੀ ਚੰਗੀ ਕੀਰਤ ਕੀਤੀ ਇਸ ਸੰਸਾਰ ਵਿੱਚ ਰਹਿੰਦੀ ਚੰਗੀ ਕੀਰਤ ਕਰਨ ਤੋਂ ਬਾਅਦ ਹੀ ਪਰਮਾਤਮਾ ਦੇ ਦਰ ਤੇ ਢੋਈ ਮਿਲਦੀ ਹੈ ਵਰਨਾ ਗੁਰੂ ਅਰਜਨ ਦੇਵ ਜੀ ਵੀ ਸਾਨੂੰ ਇਹੀ ਉਪਦੇਸ਼ ਦਿੰਦੇ ਨੇ ਸੁਚੇਤ ਕਰਦੇ ਨੇ ਅਨਕਾਏ ਰਾਤੜਿਆ ਵਾਟ ਦੁਹੇਲੀ RAM ਤੂੰ ਹੋਰ ਹੋਰ ਰਸਾਂ ਵਿੱਚ ਹੋਰ ਹੋਰ ਕੰਮਾਂ ਵਿੱਚ ਕਿਉਂ ਪਿਆ ਹੋਇਆ ਜਿਹੜੇ ਰਸਤੇ ਥਾਣੀ ਤੂੰ ਜਾਣਾ ਹੈ ਉਹ ਬੜਾ ਔਖਾ ਹੈ ਅਨਕਾਏ ਰਾਤੜਿਆ ਵਾਟ ਦੁਹੇਲੀ RAM ਸ਼ੇਖ ਫਰੀਦ ਜੀ ਵੀ ਇਸ ਤਰ੍ਹਾਂ ਹੀ ਫਰਮਾਉਂਦੇ ਨੇ ਵਾਟ ਹਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਪਈਣੀ ਜਿਹੜੀ ਵਾਟ ਜਿਹੜੇ ਰਸਤੇ ਥਾਣੀ ਅਸੀਂ ਜਾਣਾ ਹੈ ਉਹ ਖੰਡੇ ਦੀ ਧਾਰ ਤੋਂ ਬਰੀਕ ਹੈ ਖੰਨਿਓ ਤਿੱਖੀ ਬਹੁਤ ਪਈਣੀ ਬਹੁਤ ਬਰੀਕ ਹੈ ਜਿਹੜੇ ਰਸਤੇ ਥਾਣੀ ਅਸੀਂ ਜਾਣਾ ਹੈ ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣਿਓ ਫਰੀਜੀ ਫਰਮਾਉਂਦੇ ਨੇ ਕਿ ਉਹ ਪੁਰਸ ਸਰਾਤ ਦਾ ਪੁਲ ਜਿਹੜਾ ਸਲਾਮ ਧਰਮ ਮੰਨਦਾ ਗੁਰਮਤ ਕਹਿੰਦੀ ਹੈ ਕਿ ਖੰਡੇ ਦੀ ਧਾਰ ਵਰਗੀ ਬਰੀਕ ਉਹ ਰਾਹ ਹੈ ਜਿਸ ਥਾਣੀ ਤੂੰ ਸੰੰਗਣਾ ਤੂੰ ਜਾਣਾ ਤੂੰ ਸਲਾਮ ਧਰਮੇ ਕਹਿੰਦਾ ਕਿ ਇੱਕ ਸਰਾਤ ਦਾ ਪੁਲਾਉਂਦਾ ਜਿਹੜਾ ਦੌਜਕ ਤੇ ਸਵਰਗ ਦੇ ਆਰ ਪਾਰ ਕਰਨ ਲਈ ਹੁੰਦਾ ਉਹ ਜੇ ਅਕਾਗਰਤਾ ਨਾਲ ਬੰਦਗੀ ਵਾਲਾ ਬੰਦਾ ਉਹਦੇ ਤੋਂ ਨਿਕਲ ਜਾਵੇ ਤਾਂ ਉਹ ਬਹੇਸ਼ਤ ਵਿੱਚ ਜਾਂਦਾ ਨਹੀਂ ਤੇ ਨਰਕਕੁੰਡ ਚ ਪੈ ਜਾਂਦਾ ਜਹਨਮ ਚ ਜਾਂਦਾ ਹੈ। ਤੋਂ ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਗਰ ਹੈ ਪੁਰਸਲਾਤ ਕਾ ਪੰਥ ਦੇਹਲਾ ਸੰਗ ਨ ਸਾਥੀ ਗਵਨ ਅਕੇਲਾ। ਉਹ ਰਾਹ ਇਕੱਲੇ ਨੂੰ ਤੈਅ ਕਰਨਾ ਪੈਂਦਾ ਕਿ ਨਾਲ ਸਾਥ ਨਹੀਂ ਕੋਈ ਦਿੰਦਾ। ਤੋਂ ਸਾਥ ਦਿੰਦੀ ਹੈ ਬੰਦਗੀ ਸਾਥ ਦਿੰਦਾ ਹੈ ਨਾਮ ਪ੍ਰਮਾਤਮਾ ਦਾ ਸਿਮਰਨ ਜਿਹੜਾ ਗੁਰੂ ਦੀ ਸ਼ਰਨ ਚ ਪੈ ਕੇ ਜਪਿਆ ਹੋਵੇ। ਤੋ ਸਾਨੂੰ ਗੁਰੂ ਸਾਹਿਬ ਜੀ ਦਾ ਇਹੀ ਉਪਦੇਸ਼ ਹੈ ਕਿ ਅਸਾਂ ਪਈ ਉਥੇ ਜਾਣਾ ਸਹਿਬ ਸੰਭਾਲਿਓ ਪੰਥ ਨਿਹਾਲਿਓ ਅਸਾਂ ਪਈ ਉਥੇ ਜਾਣਾ ਸਹਿਬ ਸਿਮਰੋ ਮੇਰੇ ਭਾਈਓ ਸਭਨਾ ਇਹ ਪਿਆਣਾ ਇਥੇ ਧੰਦਾ ਕੂੜਾ ਚਾਰ ਦੇਹਾ ਆਗੇ ਸਰ ਪਰ ਜਾਣਾ ਹਰੇਕ ਮਨੁੱਖ ਨੇ ਇਸ ਦੁਨੀਆ ਤੋਂ ਚਲੇ ਜਾਣਾ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਨੇ ਜੋ ਉਪਜਿਆ ਸੋ ਬਿਨਸ ਹੈ ਪਰੋ ਆਜ ਕੇ ਕਾਲ ਅੱਜ ਕਾਲ ਜਾਂ ਪਰਸੋਂ ਹਰੇਕ ਨੇ ਵਾਰੀ ਅਨੁਸਾਰ ਚਲੇ ਜਾਣਾ ਸਾਡੇ ਸਾਰਿਆਂ ਦੇ ਭੋਗ ਪੈਣੇ ਹਨ ਬਲਕਿ ਮੌਤ ਨੇ ਕਦੀ ਉਮਰ ਨੂੰ ਨਹੀਂ ਦੇਖਿਆ ਮੌਤ ਨੇ ਅਮੀਰੀ ਤੇ ਗਰੀਬੀ ਨੂੰ ਨਹੀਂ ਦੇਖਿਆ ਮੌਤ ਨੇ ਰਾਜੇ ਤੇ ਰੰਕ ਨੂੰ ਨਹੀਂ ਦੇਖਿਆ ਸੰਭਾਵ ਨਾਲ ਬਿਨਾ ਭੇਦ ਭਾਵ ਦੇ ਆਉਂਦੀ ਹੈ ਬਾਰੇ ਬੁੱਢੇ ਤਰਨੇ ਭਈਆ ਸਭ ਨੂੰ ਜਮ ਲੈ ਜਾਈਏ ਰੇ ਤੋ ਨਹਿ ਬਾਰਕ ਨਹਿ ਜੋਬ ਨੇ ਨਹਿ ਬਿਰਦੀ ਕਿਸ਼ਬੰਦ ਉਹ ਬੇਰਾ ਨਹਿ ਬੂਝੀਏ ਜੋ ਆਏ ਪਰੇ ਜਮ ਫੰਦ ਕੋਈ ਬੱਚਾ ਹੋਵੇ ਬੁੱਢਾ ਹੋਵੇ ਉਹ ਸਮਾਂ ਸਮੇਂ ਦੀ ਸਮਝ ਨਹੀਂ ਆਉਂਦੀ ਜਦੋਂ ਅਕਾਲ ਪੁਰ ਸੱਚੇ ਵੇਖ ਗੁਰੂ ਦੇ ਹੁਕਮ ਨਾਲ ਜਮਾਂ ਦੀ ਫਾਈ ਗੱਲ ਚ ਪੈ ਜਾਂਦੀ ਕਿਉਂਕਿ ਗੁਰਮਤ ਮੰਦੀ ਹੈ ਕਿ ਜੀਵ ਦੇ ਮਾਂ ਦੇ ਗਰਭ ਵਿੱਚ ਆਉਣ ਤੋਂ ਪਹਿਲਾਂ ਪ੍ਰਮਾਤਮਾ ਉਹਦੇ ਮੱਥੇ ਤੇ ਮੌਤ ਲਿਖਦਾ ਹੈ। ਬਾਕੀ ਜ਼ਿੰਦਗੀ ਬਾਅਦ ਚ ਆਉਂਦੀ। ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਖਾਏ। ਉਸੇ ਦਿਨੇ ਸਹੇ ਚਿੱਠੀ ਲਿਖੀ ਜਾਂਦੀ ਜਦੋਂ ਜੀਵ ਆਤਮਾ ਇਸ ਮਿਰਤ ਮੰਡਲ ਵਿੱਚ ਆਉਣ ਲਈ ਤਿਆਰੀ ਕਰਦੀ। ਤੋਂ ਫਿਰ ਇਹ ਸਾਹੇ ਚਿੱਠੀ ਕਦੀ ਤਲਦੀ ਨਹੀਂ। ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਇਹ ਵੱਡੇ ਵੱਡੇ avatars ਤੇ ਰੇਸ਼ੀਆਂ ਤੇ ਮੁੰਨੀਆਂ ਤੇ ਆਈ ਜਦੋਂ ਦਸਮ ਪਾਤਸ਼ਾਹ ਤੇ ਸਮਾ ਆਇਆ ਤੇ ਉਦੋਂ ਇਤਿਹਾਸਕਾਰ ਲਿਖਦੇ ਨੇ ਕਿ ਮਾਲਕ ਭਾਵੀ ਕੇ ਗੁਰੂ ਜੋ ਚਾਹੇ ਕਰਾਵੇਂ ਪੈਗੰਬਰ avatars ਵੀ ਨਹਿ ਸਮਾ ਟਰਾਵੇਂ ਗੁਰੂ ਸਾਹਿਬ ਟਾਲ ਸਕਦੇ ਸੀ ਪਰ ਟਾਲਿਆ ਨਹੀਂ ਉਹ ਸਮਾਂ ਪੈਗੰਬਰ avatars ਵੀ ਨਹਿ ਸਮਾ ਟਰਾਵੇਂ ਜੈਸਾ ਹੁਕਮ ਅਕਾਲ ਕਾ ਥਾ ਸੋਈ ਮਾਨਾ ਤਨ ਅਸੂਲ ਤਿਆਗਨੇ ਹਿੱਤ ਤਿਆਰਾ ਠਾਨ ਗੁਰੂ ਸਾਹਿਬ ਨੇ ਆਪ ਆਪਣਾ ਤਿਆਰਾ ਕੀਤਾ ਜਾਣ ਲਈ ਅਕਾਲ ਪੁਰਖ ਦੇ ਚਰਨਾਂ 'ਚ ਤੇ ਸਾਨੂੰ ਲੜ ਲਾਇਆ ਪੰਥ ਤੇ ਗ੍ਰੰਥ ਦੇ ਤੋਂ ਗੁਰੂ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਕਿ ਮੇਰੇ ਤੋਂ ਬਾਅਦ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਪੰਥ ਦਾ ਸਾਨੂੰ ਅਜੇ ਤੱਕ ਭਰੇਖਾ ਸਾਡੇ ਚੋਂ ਨਹੀਂ ਨਿਕਲਦਾ ਪਿਆ ਕਿ ਪੰਥ ਕਿਹੜਾ ਹੈ ਪੰਥ ਆਮ ਸੰਗਤ ਹੈ ਪੰਥ ਅਕਾਲੀ ਦਲ ਹੈ ਪੰਥ ਕਮੇਟੀ ਹੈ ਜਾਂ ਪੰਥ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਹੈ ਜਾਂ ਉਸ ਦੇ ਰਿਸ਼ਤੇਦਾਰ ਹਨ ਜਾਂ ਪੰਥ ਪੰਜ ਪਿਆਰੇ ਹਨ ਇਹਦਾ ਸਾਡੀ ਸੰਗਤ ਚ ਭਲੇਖਾ ਤੁਰਿਆ ਆਉਂਦਾ ਤੇ ਜਿਸ ਤਰ੍ਹਾਂ ਅਸੀਂ ਲਵਾਰਸਾਂ ਦੀ ਤਰ੍ਹਾਂ ਤੁਰੇ ਫਿਰਦੇ ਆਂ ਤੇ ਬੇਗਾਨਿਆਂ ਦੀ ਤਰ੍ਹਾਂ ਗੁਰੂਤਵਲ ਪਿੱਠ ਕਰਕੇ ਤੁਰੇ ਫਿਰਦੇ ਆਂ ਤੇ ਇਹ ਭਲੇਖਾ ਸਾਡੇ ਚੋਂ ਨਿਕਲਣਾ ਵੀ ਕਦੀ ਨਹੀਂ ਤੋ ਇਹ ਜਿੰਨੀ ਦੇਰ ਸਾਡੇ ਚ ਭਲੇਖਾ ਉਨੀ ਦੇਰ ਸਾਡੇ ਅਮੀਰ ਵਿਰਸੇ ਨੂੰ ਬੜੇ ਵੱਡੇ ਸਰਮਾਇਆ ਨੂੰ ਚੋਰਾਂ ਦੀ ਤਰ੍ਹਾਂ ਸਾਡੇ ਆਗੂ ਲੁੱਟੀ ਜਾਣਗੇ ਤੇ ਲੁੱਟੀ ਜਾ ਰਹੇ ਨੇ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਮੈਂ 99 ਤੋਂ ਰੌਲਾ ਪਾਉਂਦਾ ਆ ਰਿਹਾ ਜਦੋਂ ਮੇਰੇ ਨਾਲ ਬੁਰਾ ਹੋਇਆ ਮੈਂ ਜਦੋਂ ਅਕਾਲ ਤਖਤ ਤੇ ਸੇਵਾ ਨਹੀਂ ਸੀ ਮਿਲੀ ਮੈਂ ਜੇਲ੍ਹ ਵੀ ਸਾਂ ਤੇ ਮੈਨੂੰ ਇਹਨਾਂ ਨੇ ਨਾਮਜੱਦ ਕੀਤਾ ਮੈਨੂੰ ਪਤਾ ਸੀ ਕਿ ਮੈਨੂੰ ਨਾਮਜਾਦ ਕਿਉਂ ਕਰ ਰਹੇ ਨੇ ਕਿਉਂਕਿ ਹਰਮੰਦਰ ਸਾਹਿਬ ਚ ਇਹਨਾਂ ਨੂੰ ਮੱਥਾ ਟੇਕਣਾ ਨਸੀਬ ਨਹੀਂ ਸੀ ਹੁੰਦਾ ਗੋਲੀ ਤੋਂ ਡਰਦੇ ਸੀ ਤੇ ਜਦੋਂ ਇਹਨਾਂ ਨੇ ਬਣਾਇਆ ਮੈਂ ਫੇਰ ਆ ਕੇ ਕਿਹਾ ਬਾਹਰ ਇਹ ਕਿ ਇਹਨਾਂ ਨੂੰ ਇਹ ਸੀ ਕਿ ਇਹਨੂੰ ਤਾਂ ਫਾਸੀ ਹੋ ਜਾਣੀ ਆ ਇਹਨੂੰ ਅੰਦਰੋਂ ਕਿੰਨੇ ਲਿਆਉਣਾ ਬਾਹਰ ਅਸੀਂ ਚੰਮ ਦੀਆਂ ਚਲਾਵਾਂਗੇ ਨਾ ਇਹਦਾ ਚੱਲੂਗਾ ਤੇ ਐਕਟਿੰਗ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਵਰਗਾ ਬਣਾ ਕੇ ਤੇ ਕੰਮ ਤੋਰ ਹੀ ਚੱਲਾਂਗੇ ਉਹ ਪਰਮਾਤਮਾ ਦੀ ਮਰਜ਼ੀ ਮੈਂ ਬਾਹਰ ਆ ਗਿਆ ਜਦੋਂ ਬਾਹਰ ਆਇਆ ਤੇ ਇਹਨਾਂ ਨੂੰ ਜਿਵੇਂ ਸੱਪ ਸੰਘ ਗਿਆ ਹੋਵੇ ਇਤਰਾ ਹੋਇਆ ਤੋਂ ਮੈਂ ਨਾਲ ਦੇਖਿਆ ਮੈਂ ਟੋੜੇ ਨੂੰ ਬਾਦਲ ਨੂੰ ਤੇ ਬਰਨਾਲੇ ਨੂੰ ਤਿੰਨਾਂ ਨੂੰ ਅਲੱਗ-ਅਲੱਗ ਕਿਹਾ ਕਿ ਮੈਨੂੰ ਦਿਓ ਛੁੱਟੀ ਤੁਸੀਂ ਆਪਣਾ ਜਥੇਦਾਰ ਚੁਣ ਲਓ ਡਰੋ ਨਾ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ ਬਲਕਿ ਜਿਹੜਾ ਤੁਸੀਂ ਜਥੇਦਾਰ ਚੁਣਨਾ ਚਾਹੁੰਦੇ ਜੇ ਮੈਨੂੰ ਦੱਸੋ ਮੈਂ ਉਹਦਾ ਨਾਮ ਲੈ ਦੇਣਾ ਮੈਨੂੰ ਛੁੱਟੀ ਦਿਓ ਨੰਬਰ 2 ਤੇ ਮੇਰੇ ਅਜੇ ਕੇਸ ਹਾਈ ਕੋਰਟ ਵਿੱਚ ਉਹ ਕਨਫਰਮ ਹੋ ਸਕਦਾ ਮੈਨੂੰ ਫਾਸੀ ਵੀ ਹੋ ਸਕਦੀ ਹੈ ਮੈਨੂੰ ਉਮਰ ਕਹਿ ਤੇ ਹੈ ਹੀ ਹੈ ਤਿੰਨ ਉਮਰ ਕੈਦਾ ਨੇ ਤੇ ਇਹਦੇ ਨਾਲ ਕੌਮ ਦੀ ਵੀ ਹੀਠੀ ਹੋਊਗੀ ਕਹਿੰਦੇ ਨਹੀਂ ਜੀ ਹੁਣ ਲੋਕੀ ਸਾਡੇ ਗੱਲ ਪੈਣ ਲੱਗ ਪਏ ਤੇ ਤੁਸੀਂ ਹੁਣ ਤੁਸੀਂ ਬਣੋ ਜਥੇਦਾਰ ਮੈਂ ਕਿਹਾ ਫਿਰ ਮੈਂ ਭੱਜਦਾ ਵੀ ਨਹੀਂ ਬਣਾਉਂਦੇ ਉੱਤੇ ਕਰਾਂਗਾ ਸੇਵਾ ਪਰ ਜਿੰਨੇ ਕਿ ਸੇਵਾ ਕੀਤੀ ਤੁਹਾਨੂੰ ਪਤਾ ਹੈ ਜਿ ਤਰ੍ਹਾਂ ਇਹਨੇ ਪ੍ਰਕਾਸ਼ ਸਿੰਘ ਬਾਦਲ ਨੇ ਬੁਰਛਾ ਕਰਦੀ ਕਰਕੇ ਮੈਨੂੰ ਲਾਇਆ ਮੈਂ ਉਦੋਂ ਮਹਿਸੂਸ ਕਰਦਾ ਸਾਂ ਕਿ ਰਣਜੀਤ ਸਿੰਘ ਦਾ અપਮਾਨ ਇਹ ਵੀ ਵੇਰੀ ਕਰ ਲਵੇ ਪਰ ਜਥੇਦਾਰ ਕਾਲ ਤਖਤ ਇੱਕ ਪੋਸਟ ਪਦਵੀ ਤੇ ਗੁਰੂ ਕਾਲ ਤੋਂ ਚੱਲੀ ਆ ਰਹੀ ਇਸ ਪਦਵੀ ਦਾ અપਮਾਨ ਕਰਨ ਦਾ ਇਹਨੂੰ ਕੋਈ ਹੱਕ ਨਹੀਂ ਮੈਂ ਉਦੋਂ ਤੁਹਾਨੂੰ ਸਾਰਿਆਂ ਨੂੰ ਅਪੀਲ ਕੀਤੀ ਅੱਜ ਵੀ ਅਪੀਲ ਮੇਰੇ ਪੇਜ ਤੇ ਪਈ ਹੈ ਫੇਸਬੁੱਕ ਤੇ ਪਈ ਹੈ ਨਰੇਨ ਵਿੱਚ اپیل ਕੀਤੀ ਸੀ ਕਿ ਇਹਨੇ ਪ੍ਰਕਾਸ਼ ਸਿੰਘ ਬਾਦਲ ਨੇ ਬਾਬਰ ਬਣ ਕੇ ਬਾਬੇ ਕਿਆਂ ਦੇ ਪਵਿੱਤਰ ਤਖਤ ਤੇ ਕਬਜ਼ਾ ਕਰ ਲਿਆ ਇਹ ਅਮਰਵੈਲ ਬਣ ਕੇ ਸਿੱਖੀ ਦੇ ਰੁਖ ਤੇ ਪਿਆ ਹੋਇਆ ਧਾਰਮਿਕ ਤੇ ਰਾਸਿਕ ਖੇਤਰ ਵਿੱਚ ਇਹਦਾ ਕਦੀ ਯਕੀਨ ਨਾ ਕੀਤਾ ਜਾਵੇ ਲੋ ਜੀ ਰੌਲਾ ਪਾਉਂਦਿਆਂ ਪਾਉਂਦਿਆਂ ਮੈਨੂੰ ਅੱਜ 15 ਸਾਲ ਹੋ ਗਏ ਸੁਣਿਆ ਜ਼ਰੂਰ ਤੁਸੀਂ ਪਰ ਤੁਹਾਡੇ ਕੰਨਾਂ ਤੇ ਜੋ ਨਹੀਂ ਸਰਕੀ ਆ ਜਦੋਂ ਹੁਣ ਬੇੜਾ ਕਰ ਕਰਤਾ ਨਾ ਪੰਜ ਪ੍ਰਧਾਨੀ ਮਰਿਆਦਾ ਦਾ ਉਦੋਂ ਤੁਹਾਡੇ ਹਿਰਦੇ ਬਲੁੰਦਰੇ ਗਏ ਤੇ ਭੰਬੜ ਮੱਝਾ ਚੰਗਾ ਹੁਣ ਤੁਸੀਂ ਉੱਠੇ ਹੋ ਹੁਣ ਤੁਹਾਡੇ ਚ ਇਹ ਭਾਵਨਾ ਪਾਈ ਜਾਂਦੀ ਹੈ ਕਿ ਇਹਨਾਂ ਨੇ ਦਸਮ ਪਾਤਸ਼ਾਹ ਦੇ ਪਵਿੱਤਰ ਗ੍ਰੰਥ ਤੇ ਪੰਥ ਦੇ ਸਿਧਾਂਤ ਦਾ ਨਾਸ ਮਾਰ ਦਿੱਤਾ ਆਪਣੇ ਸਵਾਰਥ ਲਈ ਕਦੀ ਹੁਕਮਨਾਮਾ ਹੋ ਰਿਹਾ ਜੀ ਤੀਰਮਲੀਆਂ ਨੂੰ ਮaaf ਕਰ ਦਿੱਤਾ ਗਿਆ ਮੈਂ ਉਦੋਂ ਵੀ ਵਦੰਤੀ ਨੂੰ ਕਿਹਾ ਕਿ ਤੂੰ ਨਹੀਂ ਮaaf ਕਰ ਸਕਦਾ ਤੀਰਮਲ ਉਹ ਹੈ ਜਿਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾਈ ਪਿਰਥੀ ਚੰਸੀ ਉਸਨੇ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਤੰਗ ਕੀਤਾ ਉਹਦੇ ਬਾਅਦ ਤੀਰਮਲ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਹੁਤ ਤੰਗ ਕੀਤਾ ਹਰ ਰਾਏ ਸਾਹਿਬ ਜੀ ਨੂੰ ਬਹੁਤ ਤੰਗ ਕੀਤਾ ਅਤੇ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਆਤਮਾ ਆਦ ਗ੍ਰੰਥ ਦੀ ਬੀੜ ਚੁੱਕ ਕੇ ਲੈ ਗਿਆ ਉਹ ਅਜੇ ਤੱਕ ਇਹਨਾਂ ਦੇ ਕਬਜ਼ੇ 'ਚ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਤੇ ਉਸਨੇ ਗੋਲੀ ਤੱਕ ਚਲਾਈ ਪ੍ਰਕਾਲਪੁਰ ਸੱਚੇ ਵਹਿਗੁਰੂ ਨੇ ਜਿਸ ਨੂੰ ਰੱਖਣਾ ਹੋਵੇ ਉਸ ਤੋਂ ਬਾਅਦ 10ਵੇਂ ਪਾਤਸ਼ਾਹ ਤੱਕ ਇਹ ਕਾਰਾ ਚੱਲਦਾ ਰਿਹਾ ਜਦੋਂ 10ਵੇਂ ਪਾਤਸ਼ਾਹ ਨੇ ਵੀ ਬੀੜ ਮੰਗਵਾਈ ਬੜੇ ਸਤਕਾਰ ਨਾਲ ਕਿਆਦ ਗ੍ਰੰਥ ਦੀ ਬੀੜ ਦਿਓ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਉੱਪਰ ਚੜਾਉਣੀ ਸੀ ਇਹਨਾਂ ਪਾਪੀਆਂ ਨੇ ਨਹੀਂ ਦਿੱਤੀ ਤੋ ਗੁਰੂ ਗ੍ਰੰਥ ਸਾਹਿਬ ਦੀ ਬੀੜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਮਕੌਰ ਦੀ ਗੜੀ ਤੋਂ ਬਾਅਦ ਦਮਦਮਾ ਸਾਹਿਬ ਦੇ ਮੁਕਾਮ ਤੇ 9 ਮਹੀਨੇ ਕੁ ਸਮਾਂ ਲਾ ਕੇ ਭਾਈ ਸਾਹਿਬ ਭਾਈ ਸ਼ਹੀਦ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ ਆਤਮਕ ਸ਼ਕਤੀ ਨਾਲ ਜਿਹੜੀ ਸਾਡੇ ਕੋਲ ਅੱਜ ਬੀੜ ਹੈ ਗੁਰੂ ਗ੍ਰੰਥ ਸਾਹਿਬ ਦੀ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਆਤਮਕ ਸ਼ਕਤੀ ਨਾਲ ਦਮਦਮਾ ਸਾਹਿਬ ਦੇ ਮਕਾਮ ਤੇ ਲਿਖਵਾਈ ਜਿਹੜੀ ਅਸਲੀ ਪੀੜ ਲਿਖਵਾਈ ਸੀ ਉਹ ਜਿਹੜਾ ਤੁਹਾਡੇ ਲਾਗੇ ਵੱਡਾ ਘੱਲੂਕਾਰਾ ਹੋਇਆ ਉਹਦੀ ਭੇਟ ਚੜ ਗਏ ਪਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਹ ਪ੍ਰਾਤਨ ਸਿੱਖ ਜਿਹੜੇ ਸੀ ਉਹ ਤੋਂ ਵਿਦਵਾਨ ਬੜੇ ਹੁੰਦੇ ਸੀ ਤੇਗ ਦੇ ਧਣੀ ਹੁੰਦੇ ਸੀ ਗੱਲ ਕਿ ਸ਼ਸਤਰ ਤੇ ਸ਼ਾਸਤਰ ਦੇ ਸਿਧਾਂਤ ਦੇ ਧਾਰਨੀ ਹੁੰਦੇ ਸੀ ਅੱਜ ਸਾਡੇ ਕੋਲ ਨਾ ਸ਼ਸਤਰ ਹੈ ਨਾ ਸ਼ਾਸਤਰ ਅਗਰ ਅਸੀਂ ਆਪਣੀ ਗਰੇਵਾਂ ਦੇ ਵਿੱਚ ਝਾਕ ਕੇ ਦੇਖਾਂਗੇ ਤੇ ਆਪਣੀ ਵਿਵੇਕ ਨਾਲ ਆਪਣੀ ਆਤਮਾ ਨੂੰ ਪੁੱਛਾਂਗੇ ਤੇਰੇ ਕੋਲ ਸ਼ਸਤਰ ਹੈ ਸ਼ਸਤਰ ਹੈ ਤੇ ਇਹ ਜੀ ਕਹਾਂਗੇ ਆਤਮਾ ਕਹੋਗੀ ਨਹੀਂ ਅਸੀਂ ਨਾਮ ਤਰੀਕ ਭੇਖੀ ਸਿੱਖਿਆ ਪ੍ਰਾਣੇ ਸਿੱਖਾਂ ਕੋਲ ਸ਼ਸਤਰ ਤੇ ਸਾਸਤਰ ਸੀ ਜਿਸ ਦੇ ਕੋਲ ਇੱਕ ਘੋੜੀ ਚੰਗੀ ਹੁੰਦੀ ਸੀ ਸ਼ਸਤਰ ਤੇ ਸਾਸਤਰ ਭਾਵ ਤੇਗ ਚੰਗੀ ਹੁੰਦੀ ਸੀ ਵਰਸ਼ਾ ਚੰਗਾ ਹੁੰਦਾ ਸੀ ਛੋਟੀ ਕਿਰਚ ਚੰਗੀ ਹੁੰਦੀ ਸੀ ਕਮਾਨ ਚੰਗੀ ਹੁੰਦੀ ਸੀ ਬੰਦੂਕ ਚੰਗੀ ਹੁੰਦੀ ਸੀ ਪੰਜ ਸ਼ਸਤਰੇ ਹੁੰਦੇ ਸੀ ਤੇ ਇੱਕ ਘੋੜੀ ਚੰਗੀ ਹੁੰਦੀ ਸੀ ਤੇ ਜ਼ੁਬਾਨੀ ਕੰਠ ਪਾਣੀ ਉਹਨੂੰ ਬਹੁਤ ਆਉਂਦੀ ਸੀ ਉਹ ਅਮੀਰ ਸਿੱਖ ਮੰਨਿਆ ਜਾਂਦਾ ਸੀ ਤੋ ਐਸੇ ਸਿੱਖਾਂ ਦੀ ਉਦੋਂ ਘਾਟ ਨਹੀਂ ਸੀ ਉਦੋਂ ਉਤਾਰੇ ਹੋਏ ਬੀੜਾਂ ਦੇ ਉਹ ਸਾਡੇ ਕੋਲ ਖਜ਼ਾਨਾ ਬਚ ਗਿਆ ਤੋ ਇਹ ਧੀਰ ਮੱਲੀਆਂ ਨੇ ਉਦੋਂ ਦੀ ਗੁਰੂ ਗ੍ਰੰਥ ਸਾਹਿਬ ਆਦ ਗ੍ਰੰਥ ਦੀ ਬੀੜ ਜਿਹੜੀ ਗੁਰੂ ਅਰਜਨ ਦੀ ਆਤਮਾ ਜੀਦਾ ਪ੍ਰਕਾਸ਼ ਅੱਜ ਹਰਮੰਦਰ ਸਾਹਿਬ 'ਚ ਹੋਣਾ ਚਾਹੀਦਾ ਸੀ ਅੱਜ ਪੰਜ ਤਾਲਿਆਂ ਦੇ ਅੰਦਰ ਪਈ ਤੇ ਮੈਂ ਉਦੋਂ ਵਦੰਤੀ ਨੂੰ ਸਵਾਲ ਕੀਤੇ ਪ੍ਰੈਸ ਰਾਹੀਂ ਪਰ ਪ੍ਰੈਸ ਵੀ ਸਰਕਾਰਾਂ ਦਾ ਸਾਥ ਦਿੰਦੀ ਮੇਰੀ ਗੱਲ ਜਿਹੜੀ ਆ ਘੱਟੇ-ਕੌਟੀਆਂ ਰੁਲ ਗਈ ਅੱਜ ਪ੍ਰਮਾਤਮਾ ਨੇ ਵਿੱਧ ਬਣਾਈ ਆਪਣੇ ਆਪ ਸ਼ਨਾਖਤ ਕੀਤੀ ਰਾਹ ਦੀ ਕਿਉਂਕਿ ਇਹ ਜਿਹੜਾ ਪੰਥ ਆ ਇਕਾਲਪੁਰ ਸੱਚੇ ਵਹਿਗੁਰੂ ਦੇ ਹੁਕਮ ਨਾਲ ਬਣਿਆ ਅਸੀਂ ਦੋਹਰੇ ਵਿੱਚ ਰੋਜ਼ ਗਾਉਂਦੇ ਹਾਂ ਆਗਿਆ ਭਈ ਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਪ੍ਰਲਾਦ ਸਿੰਘ ਜੀ ਦਾ ਦੋਹਰਾ ਲਿਖਿਆ ਹੈ ਬਚਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਨ ਉਹਨਾਂ ਨੇ ਦੂਸਰਾ ਦੋਹਰਾ ਲਿਖਿਆ ਗੁਰੂ ਖਾਲਸਾ ਮਾਨਿਏ ਪ੍ਰਗਟ ਗੁਰੂ ਕੀ ਦੇਹ ਜੋ ਮੋਹ ਸੇ ਬਿਲਬੇ ਚਾਹੇ ਖੋਜ ਇਹਨੋਂ ਮਿਲੇ ਉਹ ਦੋਹਰਾ ਜਿਹੜਾ ਉਹ ਸਾਡੀ ਰਾਜਨੀਤੀ ਦੀ ਪੇਟ ਚੜਿਆ ਲੁਕਿਆ ਪਿਆ ਅਜ ਅਸੀਂ ਉਹਦੀ ਥਾਂ ਤੇ ਕੀ ਪਾ ਲਿਆ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਕਦੀ ਹੋਇਆ ਕਿ ਬੰਦਾ ਕਦੀ ਕੱਲੀ ਆਤਮਾ ਤੁਰੇ ਫਿਰਦੀ ਹੋਵੇ ਉਹ ਤੇ ਭੂਤ ਪ੍ਰੇਤ ਹੋ ਸਕਦਾ ਸਰੀਰ ਨਾ ਹੋਵੇ ਕਦੀ ਹੋ ਸਕਦਾ ਸਰੀਰ ਆਤਮਾ ਤੋਂ ਬਿਨਾਂ ਤੁਰਿਆ ਫਿਰਦਾ ਹੋਵੇ ਉਹ ਤੇ ਮਰਦਾ ਹੋਊਗਾ ਤੋਂ ਦਸਮ ਪਾਤਸ਼ਾਹ ਨੇ ਕਿਹਾ ਸੀ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਤੋ ਪੰਥ ਜਿਹੜਾ ਉਹ ਪੰਜ ਪਿਆਰੇ ਜਿਨ੍ਹਾਂ ਨੇ ਸੀਸ ਦੇ ਕੇ ਇਹ ਦਾਤ ਲਈ ਤੇ ਦਸ਼ਮ ਪਾਤਸ਼ਾਹ ਨੇ ਕਿਹਾ ਹੁਣ ਗੋਬਿੰਦ ਰਾਏ ਨੂੰ ਵੀ ਗੋਬਿੰਦ ਸਿੰਘ ਕਰੋ ਤੇ ਪੰਜਾਂ ਪਿਆਰਿਆਂ ਨੇ ਨਿਰਭੈ ਹੋ ਕੇ ਕਿਹਾ ਕਿ ਅਸੀਂ ਸੀਸ ਦੇ ਕੇ ਦਾਤ ਲਈ ਹੈ ਤੁਸੀਂ ਕੀ ਲੈ ਕੇ ਆਜ ਤੇ ਦਵਾਈਆਂ ਦੇ ਰਹੇ ਅਸੀਂ ਅੰਮ੍ਰਿਤ ਪਾਨ ਕਰੋ ਅੰਮ੍ਰਿਤ ਪਾਨ ਕਰੋ ਸਹੂਲਤਾਂ ਵੀ ਮਿਲ ਰਹੀਆਂ ਤੁਹਾਨੂੰ ਪਰ ਮਨ ਨਹੀਂ ਮੰਨਦਾ ਹਾਲੀ ਤੁਹਾਡਾ ਪਤਾ ਨਹੀਂ ਕਦੋਂ ਮੰਨਣਾ ਤੇ ਕਿਤਰਾ ਗੁਰੂ ਮਨਾਊਗਾ ਪਰ ਉਦੋਂ ਇਹ ਸੀ ਇਹ ਦਾਤ ਲੈਣ ਲਈ ਸੀਸ ਲੈ ਕੇ ਆਏ ਸੀ ਪੰਜ ਪਿਆਰੇ। ਉਸ ਸਮੇਂ ਗੁਰੂ ਸਾਹਿਬ ਨੇ ਕਿਹਾ ਹੁਣ ਦਾਸ ਨੂੰ ਵੀ ਸਿੰਘ ਕਰੋ। ਤੇ ਉਹਨਾਂ ਦਾ ਜਲਵਾ ਉਹਨਾਂ ਦਾ ਤਪ ਤੇਜ ਉਹਨਾਂ ਦਾ ਰੁਤਬਾ ਇੰਨਾ ਉੱਚਾ ਸੀ ਪੰਜਾਂ ਸਿੱਖਾਂ ਦਾ। ਕਿ ਉਹ ਕਹਿੰਦੇ ਸੀਸ ਦੇ ਕੇ ਦਾਤ ਲਈ ਤੁਸੀਂ ਕੀ ਲੈ ਕੇ ਆਏ ਹੋ? ਤਾਂ ਗੁਰੂ ਗਬੀਰ ਸਿੰਘ ਨੇ ਕਿਹਾ ਸੀ ਮੈਂ ਤੁਹਾਨੂੰ ਸਰਬੰਸ ਦੇਵਾਂਗਾ। ਤੁਸੀਂ ਤੇ ਇੱਕ ਸੀਸ ਦਿੱਤਾ ਮੈਂ ਸਰਬੰਸ ਦੇਵਾਂਗਾ। ਦੇ ਦਿੱਤਾ ਸਾਡੇ ਸਾਹਮਣੇ ਭੂਆ ਦੇ ਪੁੱਤ ਮਾਮੇ ਦੇ ਪੁੱਤ ਚਾਰ ਸਹਬਜ਼ਾਦੇ ਮਾਤਾ ਪਿਤਾ ਆਪਣਾ ਆਪ ਸਰੀਰ ਤੋਂ ਇਹ ਦਸਮ ਪਾਤਸ਼ਾਹ ਦੇ ਦਰ ਤੋਂ ਜਿਹੜੀ ਦਾਤ ਸੀ ਜਿਹੜੇ ਪੰਜਾਂ ਪਿਆਰਿਆਂ ਨੂੰ ਮਿਲੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਸਾਹਿਬ ਤੇ ਹੁੰਦਿਆਂ ਦਰਬਾਰ ਲੱਗਦਾ ਸੀ ਪ੍ਰਸ਼ਾਦ ਆਉਂਦਾ ਸੀ ਦੇਗ ਬਣ ਕੇ ਤੇ ਗੁਰੂ ਸਾਹਿਬ ਤੀਰ ਦੀ ਅਣੀ ਨਾਲ ਜਾਂ ਛੋਟੀ ਸ਼੍ਰੀ ਸਾਹਿਬ ਨਾਲ ਦੇਗ ਲੈ ਲੈਂਦੇ ਸਨ ਤੇ ਤਲੀ ਤੇ ਰੱਖ ਕੇ ਛਕ ਲੈਂਦੇ ਸੀ ਉਦੋਂ ਬਾਅਦ ਸੰਗਤ ਚ ਵਰਤਾਇਆ ਜਾਂਦਾ ਸੀ ਗੁਰੂ ਸਾਹਿਬ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਇਹ ਰਤਬਾ ਪੰਜਾਂ ਪਿਆਰਿਆਂ ਨੂੰ ਮਿਲਿਆ ਤੋਂ ਜਦੋਂ ਗੁਰੂ ਸਾਹਿਬ ਤੋਂ ਬਾਅਦ ਦੀਵਾਨ ਸਜਿਆ ਦੇਗਾਈ ਤੇ ਸਭ ਤੋਂ ਪਹਿਲਾਂ ਕਿਰਪਾਨ ਭੇਟ ਕਰਕੇ ਸਭ ਤੋਂ ਪਹਿਲਾਂ ਪੰਜਾਂ ਸਿੱਖਾਂ ਨੂੰ ਅੰਮ੍ਰਿਤਧਾਰੀ ਸਿੱਖਾਂ ਨੂੰ ਜੀਵਨ ਵਾਲੇ ਸਿੱਖਾਂ ਨੂੰ ਦਿੱਤਾ ਜਾਂਦਾ ਸੀ ਤੋਂ ਜਦੋਂ ਵਰਤਾਵਾ ਕਿਤੇ ਭਲੇਖਾ ਖਾ ਜਾਂਦਾ ਸੀ ਗਾਤਰਾ ਦੇਖ ਕੇ ਤੋ ਜੇਦੀ ਆਤਮਾ ਕਮਜ਼ੋਰ ਹੁੰਦੀ ਸੀ ਜਿਹੜਾ ਪੂਰਾ ਸੂਰਾ ਨਹੀਂ ਸੀ ਹੁੰਦਾ ਉਹ ਆਪਣੇ ਆਪ ਹੱਥ ਜੋੜ ਦਿੰਦਾ ਸੀ ਕਿ ਨਹੀਂ ਜੀ ਅੱਗੇ ਦਿੱਤਾ ਜਾਵੇ ਅੱਜ ਪੰਜ ਪਿਆਰੇ ਹੀ ਨਹੀਂ ਮਿਲਦੇ ਤੇ ਪਛਾ ਪ੍ਰਸ਼ਾਦ ਵੰਡਣ ਵਾਲੇ ਤੇ ਵੰਡਵਾਉਣ ਵਾਲੇ ਭੁੱਲੀ ਗਏ ਮਰਿਆਦਾ ਨੂੰ ਪੰਜ ਗੱਫੇ ਕੱਢ ਕੇ ਵਿੱਚ ਇਹ ਕਾਲਾ ਮਾਲਾ ਕਰਤੇ ਅੱਜ ਪੰਜਾਂ ਪਿਆਰਿਆਂ ਦਾ ਹੀ ਕਾਲਾ ਮਾਲਾ ਹੋ ਗਿਆ ਪ੍ਰਸ਼ਾਦ ਦੇ ਨਾਲ ਪੰਜ ਪਿਆਰੇ ਗਾਇਬ ਹੋ ਗਏ ਅਕਾਲ ਤਖਤ ਤੇ ਬੈਠੇ ਪੰਜ ਪਿਆਰਿਆਂ ਦਾ ਇਹ ਹਾਲ ਹੈ ਮੈਂ 15 ਸਾਲ ਤੋਂ ਦੁਹਾਈ ਦੇ ਰਿਆਂ ਸਾਸੀ ਲੁੱਟੇ ਜਾਵਾਂਗੇ ਇਹ ਕਾਲ ਤਖਤ ਦੀ ਸੰਸਾ ਉਹਨਾਂ ਹੱਥਾਂ 'ਚ ਆ ਗਈ ਜਿਨ੍ਹਾਂ ਨੇ ਸਾਨੂੰ ਕਦੀ ਬਖਸ਼ਿਆ ਨਹੀਂ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਸੂਰਮਾ ਕਤਲ ਕਰਵਾ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਸੇ ਦੀ ਹਿੰਮਤ ਸੀ ਫੜ ਕੇ ਦਿੱਲੀ ਲੈ ਜਾਂਦਾ ਪਿੰਜਰੇ 'ਚ ਪਾ ਕੇ ਇਹ ਸਾਡੇ ਆਪਣਿਆਂ ਨੇ ਮਰਵਾਇਆ ਉਦੋਂ ਵੀ ਕਾਲ ਤਖਤ ਮਿਸਯੂਜ਼ ਹੋਇਆ ਉਦੋਂ ਵੀ ਕਾਲ ਤਖਤ ਤੇ ਕੁਕਰਮ ਕੀਤਾ ਸਾਡੇ ਆਪਿਆਂ ਨੇ ਫੜਵਾਇਆ ਬੰਦੇ ਬਹਾਦਰ ਨੂੰ ਆਪ ਤੇ ਮਰਵਾਇਆ ਇਹ ਇਤਿਹਾਸ ਗਵਾਹ ਬਾਬਾ ਬੰਦਾ ਸਿੰਘ ਬਹਾਦਰ ਜਿੰਨੇ ਵਜ਼ੀਰ ਖਾਨ ਨੂੰ ਚੱਪੜ ਚਿੜੀ ਦੇ ਮੈਦਾਨ ਚ ਤੀਰ ਨਾਲ ਹਾਥੀ ਤੋਂ ਥੱਲੇ ਸੁੱਟਿਆ ਫਿਰ ਜੂੰਦੇ ਨੂੰ ਫੜਿਆ ਗਇਓ ਜੈ ਸਿੰਘਨ ਵੈ ਧਾਈ ਫਤਿਹ ਜੰਗ ਕੀ ਬੰਦੇ ਪਾਈ ਬੰਦੇ ਕਾ ਡਰ ਪਰਿਓ ਐਸੇ ਸਿੰਘ ਡਰਤ ਮਿਰਗ ਡਰਤ ਸਿੰਘ ਸਿੰਘ ਡਰਤ ਕੇਹਰ ਤੇਜ ਐਸੇ ਮਿਰਗ ਡਰਤ ਕੇਹਰ ਤੇਜ ਐਸੇ ਜਿਵੇਂ ਜਿਵੇਂ ਹੇਰਨ ਕੇਹਰ ਤੋਂ ਸ਼ੇਰ ਤੋਂ ਡਰਦਾ ਇਸ ਤਰ੍ਹਾਂ ਦਾ ਡਰ ਪਿਆ ਤੋਂ ਬੰਦੇ ਪਕੜ ਵਜੀਦ ਦੇ ਤਾਂ ਹੀ ਬੈਲਨ ਗੈਲ ਕਸੀਟ ਕਰਾਈ ਫਿਰ ਜੀਵਤ ਹੀ ਅਗਨੀ ਵਿੱਚ ਸਾੜਿਓ ਪਾਇ ਵਜੀਦਾਂ ਨੇ ਚ ਉਹਨੂੰ 14 ਕੋ ਘੋੜਿਆਂ ਦੇ ਪਿੱਛੇ ਰੱਸੀ ਪਾ ਕੇ ਪੈਰਾਂ ਨਾਲ ਜੂੰਦੇ ਨੂੰ ਧੋ ਕੇ ਲਿਆਂਦਾ ਸਰਹੰਦ ਦੇ ਵਿੱਚ ਫਿਰ ਜਿੱਥੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਉੱਥੇ ਲਿਆ ਕੇ ਉਹਨੂੰ ਜੂੰਦੇ ਨੂੰ ਅੱਗ 'ਚ ਪਾ ਕੇ ਸਾੜਿਆ ਫਿਰ ਜਿਹੜੇ ਤਮਾਸ਼ੀਬੀਨ ਸੀ ਉਹਨਾਂ ਨੂੰ ਉਲਟੇ ਕਰ ਬਿਰਛਣ ਕੇ ਸੰਗੇ ਬਾੰਦ-ਬਾਂਦ ਮਾਰੇ ਦਰ ਟੰਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਫਿਰ ਸੁਚਾਨੰਦ ਦੇ ਨੱਕ 'ਚ ਨਕੇਲ ਪਾਈ ਤਾਂਕ ਉਹ ਪਕੜਿਓ ਘਰ ਤੇ ਜਾਏ ਦੇਹ ਮੁਸ਼ਕਾਂ ਬੰਦੇ ਡਿਗ ਲਿਆ ਬੰਦੇ ਤਬ ਨੰਦ ਕੋ ਕਰਵਾਈ ਬਹੁਮਾਰ ਨਾਕ ਨਕੇਲ ਪਵਾਏ ਕੇ ਮੰਗਵਾਇਓ ਦਰਦਵਾਰ ਇਸ ਤਰ੍ਹਾਂ ਦੀਆਂ ਸਜਾਵਾਂ ਦੇਣ ਤੋਂ ਬਾਅਦ ਰਾਜ ਕਾਇਮ ਕੀਤਾ ਸੱਤ ਸਦੀਆਂ ਦੀ ਗੁਲਾਮੀ ਮਗਰੋਂ ਲਾਈ ਸੱਤ ਸਦੀਆਂ ਤੋਂ ਜੋ ਜ਼ੁਲਮ ਹੋਏ ਸੀ ਭਾਰਤ ਦੇ ਉੱਤੇ ਉਹਨਾਂ ਦੀ ਬੰਦ ਖਲਾਸੀ ਹੋਈ ਸਿੱਖ ਰਾਜ ਕਾਇਮ ਹੋਇਆ ਸਿੱਖ ਰਾਜ ਜਦੋਂ ਕਾਇਮ ਹੋਇਆ ਉਦੋਂ ਬਾਅਦ ਫਿਰ ਫਰਕਸ਼ੀਰ ਬਾਦਸ਼ਾਹ ਵਰਗਿਆਂ ਨੇ ਚਾਲਾਂ ਚੱਲੀਆਂ ਸ਼ਾਮਦਾਮ ਤੇ ਭੇਜ ਤੇ ਦੰਡ ਦੀ ਨੀਤੀ ਨਾਲ ਇਹ ਚਾਲਾਂ ਨੇ ਬਾਬਾ ਬੰਦਾ ਸਿੰਘ ਬੰਦਾ ਸਿੰਘ ਬਰਵਾਦ ਬਹਾਦਰ ਨੂੰ ਮਰਵਾਇਆ ਟੁਕੜੇ ਕਰਵਾ ਕੇ ਉਹਦੀ ਸ਼ਹਾਦਤ ਹੋਈ ਉਹਦੇ ਬੱਚੇ ਦੀ ਸ਼ਹਾਦਤ ਹੋਈ ਉਹਦੇ 4 4.5 ਸਾਲ ਦਾ ਬੱਚਾ ਅਜੀਤ ਸਿੰਘ ਉਹ ਦਾਈ ਕੋਲੋਂ ਖੋਹ ਕੇ ਜਲਾਦ ਨੇ ਬਾਬੇ ਬੰਦਾ ਸਿੰਘ ਬਹਾਦਰ ਦੇ ਗੋਦ ਦੇ ਵਿੱਚ ਪਾ ਕੇ ਉਹਨੂੰ ਜੋੜਿਆ ਹੋਇਆ ਸੀ ਉਹਦਾ ਪੇਟ ਚਾਕ ਕੀਤਾ ਉਹਦਾ ਧੜਕਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਤੁੰਨਿਆ ਇਹ ਸ਼ਹਾਤਾ ਦਾ ਕਾਰਨ ਸੀ ਅਕਾਲ ਤਖਤ ਦਾ ਮਿਸਯੂਜ਼ ਹੋਣਾ ਕਦੀ ਜਰਨਲ ਡੇਅਰ ਨੂੰ ਸਰੋਪਾ ਦਿੱਤਾ ਗਿਆ ਉੱਥੇ ਅਕਾਲ ਤਖਤ ਤੇ ਦਿੱਤਾ ਸਰ ਅਰੋੜ ਸਿੰਘ ਨੇ ਜਿਹੜਾ ਸਰਪਰਾ ਸੀ ਅੰਗਰੇਜ਼ ਗਵਰਨਮੈਂਟ ਦਾ ਜਿਹੜੇ ਬੰਦੇ ਨੇ ਨਿਰਦੋਸ਼ ਲੋਕਾਂ ਨੂੰ ਹਜ਼ਾਰਾਂ ਨੂੰ ਕਤਲ ਕੀਤਾ ਜਿਸ ਬੰਦੇ ਨੂੰ ਸਜ਼ਾ ਦਿੱਤੀ ਉਦਮ ਸਿੰਘ ਨੇ ਉਸ ਬੰਦੇ ਨੂੰ ਅਕਾਲ ਤਖਤ ਤੇ ਸਰੂਪਾ ਦਿੱਤਾ ਗਿਆ ਇਹ ਉਹੀ ਸੰਸਾ ਅੱਜ ਇਹ ਕੰਮ ਕਰਵਾਈ ਜਾਈ ਰਹੀ ਜਾ ਰਹੀ ਹੈ RAM ਰਹੀਮ ਮਾਫ ਧੀਰਮਲੀਏ ਮਾਫ ਅੱਜ ਅਸੀਂ ਜਦੋਂ ਅੰਮ੍ਰਿਤ ਪਾਨ ਕਰਦੇ ਆਂ ਜਾਂ ਜਿਹੜੀ ਇਹ ਕਹਿੰਦੇ ਨਾ ਰਹਿਤ ਮਰਿਆਦਾ ਅਕਾਲ ਤਖਤ ਤੋਂ ਪਾਸ ਹੋਈ ਉਹਦੇ ਵਿੱਚ ਵੀ ਲਿਖਿਆ ਮੀਣੇ ਮਸੰਦੀਏ ਧੀਰਮਲੀਏ ਤੇ RAM ਰਹੀਏ ਇਹਨਾਂ ਨਾਲ ਮੇਲ ਨਹੀਂ ਕਰਨਾ हां अगर कोई धीरमल जी ਦਾ ਸਿੱਖ ਧੀਰਮਲੀਆ ਖੋਣ ਵਾਲਾ ਕਹੇ ਕਿ ਮੈਂ ਇਹ ਰਾਹ ਛੱਡਿਆ ਤੇ ਗੁਰੂ ਦੇ ਰਾਹ ਤੇ ਆਵਾਂਗਾ ਮੈਨੂੰ ਭੁੱਲ ਮੇਰੀ ਭੁੱਲ ਬਖਸ਼ਾਓ ਤੇ ਸਾਨੂੰ ਹੁਕਮ ਹੈ ਉਸ ਨੂੰ ਨਾਲ ਮਿਲਾਓ ਪਰ ਜੇ ਧੀਰਮਲ ਆ ਜਾਵੇ ਜਾਂ ਉਹਦਾ ਜਾਣ ਨਸ਼ੀਨ ਆ ਜਾਵੇ ਤੇ ਉਸ ਲਈ ਤੇ ਇੱਕੋ ਗੱਲ ਹੈ ਕਿ ਪਹਿਲਾਂ ਸਭ ਤੋਂ ਆਦ ਗ੍ਰੰਥ ਦੀ ਢੀੜ ਹਰਮੰਦਰ ਸਾਹਿਬ ਆਉਣੀ ਚਾਹੀਦੀ ਉਸ ਤੋਂ ਬਾਅਦ ਭੂਤ ਪ੍ਰੇਤ ਕੱਢਣੇ ਇਹ ਤੌਲੀ ਧਾਰ ਦੇ ਥੱਲੇ ਨਵਾ ਕੇ ਡੋਲੀਆਂ ਖੇਡਣੀਆਂ ਤੇ ਖੜਾਉਣੀਆਂ ਬੰਦ ਹੋਣੇ ਚਾਹੀਦੀਆਂ ਪਰ ਕੁਛ ਨਹੀਂ ਧੀਰਮਲ ਜੀ ਨੂੰ ਛੱਡ ਦਿੱਤਾ ਜੀ ਰਾਮ ਰਹੀਮ ਨੂੰ ਛੱਡ ਦਿੱਤਾ ਜੀ ਰਾਮ ਰਹੀਮ ਦੇ ਬੰਦਿਆਂ ਦੀ ਗੋਲੀ ਨਾਲ ਕਮਲਜੀਤ ਸਿੰਘ ਮਾਰਿਆ ਗਿਆ ਰਾਮ ਰਹੀਮ ਦੇ ਬੰਦਿਆਂ ਨੇ ਡੱਬ ਵਾਲੀ ਬਾਦਲ ਦਾ ਖਾਸ ਹਲਕਾ ਲੰਬੀ ਦਾ ਉੱਥੇ ਸੁਖਮੰਦਰ ਸਿੰਘ ਨੂੰ ਤਲਵਾਰਾਂ ਨਾਲ ਵੱਡ ਵੱਡ ਕੇ ਮਾਰਿਆ ਕਿਸੇ ਤੇ ਕੋਈ ਕੇਸ ਨਹੀਂ ਬਣਿਆ ਤੇ ਇਹਦੇ ਤੇ ਬੰਬ ਚੱਲ ਗਿਆ ਕਿਤੇ ਚਲਦੀ ਚਲਦੀ ਗੱਡੀ ਤੇ ਉਹਦੇ ਚ ਸਿੰਘ ਅਜੇ ਤੱਕ ਅੰਦਰ ਦਿੱਤੇ ਆ ਤੇ ਇੱਕ ਗਰੀਬ ਸਿੱਖ ਬੱਚੀ ਜਿਸ ਤਰ੍ਹਾਂ ਗਾਂ ਨੂੰ ਕਸਾਈਆਂ ਦੇ ਅੱਗੇ ਲਾਤਾ ਪੰਜਾਬ ਸਰਕਾਰ ਨੇ ਹਰਿਆਣਾ ਪੁਲਿਸ ਨੂੰ ਇਸ ਤਰ੍ਹਾਂ ਫੜਾ ਦਿੱਤੀ ਤੋ ਇਹ ਸਾਡੇ ਨਾਲ ਸਿੰਘਾਂ ਨਾਲ ਇਹ ਵਰਤਾਅ ਤੇ ਉਹਦੇ ਨਾਲ ਦੇਖੋ ਕਿਹੜਾ ਵਰਤਾਅ ਅੱਜ ਬੀਬੀਆਂ ਨੌਕਰੀ ਦਾ ਹੱਕ ਮੰਗਦੀਆਂ ਗਲਾ ਚ ਚੁੰਨੀਆਂ ਪਾਪਾ ਪੁਲਿਸ ਖੇਂਦੀ ਆ ਬੇਬਪਤੀ ਕਰਦੀ ਆ ਜਿਵੇਂਦਾਰ ਜਾ ਕੇ ਕੋਈ ਪ੍ਰੋਟੈਸਟ ਕਰਦੇ ਉਹਨਾਂ ਨੂੰ ਛੇਤਰ ਪੈਂਦੇ ਆ ਕੋਈ ਨੌਕਰੀ ਲਈ ਸਾਡੇ ਨੌਜਵਾਨ ਟੀਚਰ ਜਾਂਦੇ ਉਹਨਾਂ ਨੂੰ ਡਾਂਗਾ ਪੈਂਦੀਆਂ ਪਰ ਰਾਮ ਰਹੀਮ ਦੇ ਚੇਲੇ ਸੜਕਾਂ ਰੋਕ ਕੇ ਬੈਠੇ ਰਹੇ ਕਿਸੇ ਦਾ ਬਾਲਵਿੰਗਾ ਨਹੀਂ ਹੋਇਆ ਬਲਕਿ ਪੁਲਿਸ ਨੇ ਸਿੱਖਾਂ ਨੂੰ ਮਾਰ ਪੁਆਈ ਤੋ ਅੱਜ ਇਹ ਕਹਿ ਰਹੇ ਨੇ ਜੀ ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਮਾਫੀ ਮੰਗੀ ਤੇ ਸਿੰਘ ਸਹਿਬਾਨ ਨੇ ਦੀਰਘ ਵਿਚਾਰ ਇਹਨਾਂ ਦੀ ਦੀਰਘ ਵਿਚਾਰ ਪਤਾ ਨਹੀਂ ਗਿਆਨੀਆਂ ਦੀ ਕਿਹੋ ਜੀ ਇਹ ਬਾਬੇ ਬੁੱਢਾ ਜੀ ਦੀ ਪਦਵੀ ਤੇ ਕਲੰਕ ਲੱਗੇ ਹੋਏ ਗ੍ਰੰਥੀ ਨੇ ਜਿਹੜੇ ਬਾਦਲ ਦੇ ਕਰਿੰਦੇ ਬਣ ਕੇ ਅੱਜ ਸਾਬਤ ਕਰ ਗਏ ਕਿ ਗ੍ਰੰਥ ਤੇ ਹੈ ਪੰਥ ਹੈ ਨਹੀਂ ਪੰਥ ਕਦੀ ਨੌਕਰ ਬਣ ਸਕਦਾ ਕਿਸੇ ਦਾ ਪੰਥ ਪੰਜ ਪਿਆਰੇ ਨੇ ਤੇ ਪੰਜ ਪਿਆਰੇ ਉਹ ਨੇ ਜਿਨ੍ਹਾਂ ਚਮਕੌਰ ਦੀ ਗੜੀ 'ਚ ਗੁਰੂ ਸਾਹਿਬ ਨੂੰ ਵੀ ਹੁਕਮ ਦੇ ਦਿੱਤਾ ਤੇ ਗੁਰੂ ਸਾਹਿਬ ਨੇ ਉਹਨਾਂ ਦੀ ਆਗਿਆ ਮੰਨ ਕੇ ਚਮਕੌਰ ਦੀ ਗੜੀ ਛੱਡੀ ਜਦੋਂ ਦਾਦੂ ਪੀਰ ਦੀ ਸਮਾਧ ਤੇ ਤੀਰ ਲਾਇਆ ਗੁਰੂ ਸਾਹਿਬ ਨੂੰ ਤਨਖਾਹ ਲਈ ਪੰਜਾਂ ਸਿੱਖਾਂ ਨੇ ਗੁਰੂ ਸਾਹਿਬ ਨੇ ਪ੍ਰੀਖਿਆ ਲੈਣ ਲਈ ਕੀਤਾ ਸੀ ਪਰ ਖਜ਼ਾਨੇ ਚੋਂ ਮਾਇਆ ਦਿੱਤੀ ਜੋ ਤਨਖਾਹ ਲਈ ਅੱਜ ਬਾਦਲ ਜਿਹੜਾ ਐਡਾ ਵੱਡਾ ਬਣ ਗਿਆ ਕਿ ਉਹ ਘਰ ਬੈਠਾ ਕੋ ਕੰਮ ਕਰਵਾਈ ਜਾ ਰਿਹਾ ਅਖੇ ਜੀ ਅਕਾਲ ਤਖਤ ਦਾ ਫੈਸਲਾ ਸਿਰ ਮੱਥੇ ਤੇ ਆ ਆ ਬਿਆਨ ਆਇਆ ਇਹਦਾ ਜਿਹੜੇ ਬਿਆਨ ਤੇ ਸੰਗਤ ਚ ਅੱਗ ਲੱਗੀ ਪਈ ਕਹਿੰਦਾ ਅਕਾਲ ਤਖਤ ਦਾ ਫੈਸਲਾ ਸਿਰ ਮੱਥੇ ਤੇ ਤੇ ਜਦੋਂ ਰਣਜੀਤ ਸਿੰਘ ਨੇ ਅਕਾਲ ਤਖਤ ਤੋਂ ਕਿਹਾ ਸੀ ਨਾ ਲੜੋ ਵਿਸਾਖੀ ਤੱਕ ਘਟੋ ਘਟ ਵਿਸਾਖੀ ਮਨਾਓ 300 ਸਾਲ ਆ ਉਦੋਂ ਤੇਰੇ ਮੱਥੇ ਤੇ ਸੱਪ ਲੜ ਗਿਆ ਸੀ ਅਕਾਲ ਤਖਤ ਨੂੰ ਲਾਤਾ ਟੋੜੇ ਨੂੰ ਕੱਢ ਕੇ ਪਾਸੇ ਮਾਰਿਆ ਪਰ ਮੈਂ ਹੈਰਾਨ ਹਾਂ ਮੈਂ 15 ਸਾਲ ਤੋਂ ਸਟੈਂਡ ਤੇ ਖੜਾ ਪੇ ਬੰਦਾ ਸਾਡੀ ਕੌਮ ਦਾ ਬੇੜਾ ਕਰ ਕਰੋ ਇਹਨੂੰ ਛੱਡ ਦਿਓ ਅਕਾਲੀ ਦਲ ਦਾ ਇਹਨੇ ਭੋਗ ਪਾ ਛੱਡਿਆ ਜੇ ਤੁਹਾਨੂੰ ਲੱਭਣਾ ਕੱਛ ਨਹੀਂ ਬਾਅਦ ਚ ਪਰ ਕਿਸੇ ਨੇ ਸਵਕਾਰ ਨਹੀਂ ਕੀਤਾ ਅੱਜ ਸਾਰੇ ਤੜਫਦੇ ਫਿਰ ਖਾਸ ਕਰਕੇ ਜਿਹੜੇ ਮੇਰੇ ਨਾਲ ਕਾਲ ਤੱਕ ਤੇ ਹੱਥ ਖੜੇ ਕਰਕੇ ਬਾਹਾਂ ਖੜੇ ਕਰਕੇ ਸੰਤ ਸਮਾਜ ਕੀ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਕੀ ਹੱਥ ਖੜੇ ਕਰਕੇ ਪੰਜ-ਪੰਜ ਜਕਾਰੇ ਛੱਡ ਕੇ ਹਜ਼ਾਰਾਂ ਦਾ ਇਕੱਠ ਕਿ ਅਸੀਂ ਰਣਜੀਤ ਸਿੰਘ ਜੀ ਤੁਹਾਡੇ ਨਾਲ ਆ ਤੁਸੀਂ ਸਾਡੇ ਜਥੇਦਾਰ ਹੋ ਮੈਂ ਉਸ ਰੈਂਟ ਦੇ ਖਲੋਤਾ ਤੇ ਇਹ ਵਾਰੀ-ਵਾਰੀ ਕਰਦੇ ਕਰਦੇ ਬਾਦਲ ਸਾਹਿਬ ਦੇ ਚਰਨਾ ਜੀ ਪਹੁੰਚੇ ਇੱਕ ਬਾਬਾ ਸਰਬਜੋ ਸਿੰਘ 베ਦੀ ਅੱਜ ਤੱਕ ਮੇਰੇ ਨਾਲ ਖੜਾ ਗੁਰੂ ਨਾਨਕ ਸਾਹਿਬ ਜੀ ਦੀ ਅਨਛਵ ਚ ਸਰ ਬਾਬਾ ਸਰਜੋ ਸਿੰਘ ਬੇਦੀ ਅਜੇ ਤੱਕ ਮੇਰੇ ਨਾਲ ਖੜਿਆ ਬਾਬਾ ਭਪਿੰਦਰ ਸਿੰਘ ਜੀ ਅੱਜ ਤੱਕ ਲੱਤ ਗੱਡ ਕੇ ਨਾਲ ਖੜੇ ਜਿਆਦਾਤਰ ਜਿਹੜਾ ਸਾਧਾਂ ਦਾ ਲਾਣਾ ਸੀ ਤੁਰ ਗਿਆ ਬਾਦਲ ਦੇ ਵੇੜੇ 'ਚ ਬਾਬਾ ਠਾਕਰ ਸਿੰਘ ਜੀ 21 ਸਾਲ ਜਿਉਂਦੇ ਰਹੇ ਜਿੰਨਾ ਚਿਰ ਜਿਉਂਦੇ ਰਹੇ ਮੇਰੇ ਨਾਲ ਰਹੇ 21 ਸਾਲ ਤੱਕ ਜਿਉਂਦੇ ਰਹੇ ਪਰ ਉਹਨਾਂ ਨੇ ਬਾਦਲ ਦਾ ਮੱਥਾ ਨਹੀਂ ਟੇਕਿਆ ਬਾਬਾ ਧੋਮਾ ਜੀ ਨੂੰ ਉਹਨਾਂ ਦੇ ਥਾਂ ਤੇ ਅਸੀਂ ਬਿਠਾਇਆ ਬਾਦਲ ਨੇ ਪੱਕ ਦਿੱਤੀ ਉਦੋਂ ਭਾਈ ਰਾਮ ਸਿੰਘ ਨੂੰ ਬੀਬੀ ਜ਼ਗੀਰ ਕੌਰ ਨੇ ਦਿੱਤੀ ਪ੍ਰਬੰਧਕ ਬੇਟੀ ਵੱਲੋਂ ਸੁਵੰਨਤੀ ਜੀ ਦੀ ਅਕਾਲ ਤਖਤ ਵੱਲੋਂ ਤੇ ਬਾਦਲ ਨੇ ਦਿੱਤੀ ਕਾਲੀਦਾਲ ਵੱਲੋਂ ਜ਼ਥੇਦਾਰ ਉਹਨੂੰ ਬਣਾਇਆ ਰਾਮ ਸਿੰਘ ਨੂੰ ਤੇ ਧੋਮਾ ਜੀ ਅੱਠਵੇਂ ਦਿਨ ਬਾਬਾ ਜੀ ਦੇ ਬਾਦਲ ਸਾਹਿਬ ਦੇ ਘਰ ਰੋਟੀ ਖਾ ਰਹੇ ਨੇ ਉਦੋਂ ਦੀ ਇਹੋ ਜਿਹੀ ਰੋਟੀ ਖਾਧੀ ਅਜੇ ਤੱਕ ਉੱਥੇ ਹੀ ਬੈਠੇ ਨੇ ਹੁਣ ਮੀਟਿੰਗ ਕਰਦੇ ਆ ਜੀ ਮੀਟਿੰਗ ਕਰ ਲੈਣ ਜਿੰਨੀ ਜੋ ਮਰਜ਼ੀ ਫੈਸਲਾ ਕਰ ਲੈਣ ਕਦੀ ਬਾਬਾ ਧੰਮਾ ਜੀ سونے ਦੀ ਸੇਵਾ ਛੱਡ ਦੇਣਗੇ ਇਹ ਤਿਆਗ ਕਰ ਲੈਣਗੇ ਕਦੀ ਕਾਲ ਤਖਤ ਬਣ ਰਿਹਾ ਸੋਨਾ ਦਿਓ ਕਦੀ ਯਾਦਗਾਰ ਬਣ ਰਹੀ ਸੋਨਾ ਦਿਓ ਹੁਣ ਦਿੱਲੀ 'ਚ ਬਾਬਾ ਹਰਬੰਸ ਸਿੰਘ ਜੀ 75 ਤੋਂ ਸੇਵਾ ਕਰ ਰਿਹਾ ਕਾਰ ਸੇਵਾ ਦੀ ਉਹਨਾਂ ਨੂੰ ਸੋਨਾ ਸੇਵਾ ਨਹੀਂ ਕਰਨੀ ਆਉਂਦੀ ਉੱਥੇ ਜਾ ਕੇ ਦਰਵਾਜ਼ਿਆਂ ਦੀ ਸੇਵਾ ਲੈ ਲੈ ਇਹ ਸੇਵਾ ਕਮੇਟੀ ਨੇ ਦਿੱਤੀ ਆ ਕਮੇਟੀ ਬਾਦਲ ਦੇ ਹੱਥ 'ਚ ਆ ਉਹ ਸੇਵਾ ਤਾਂ ਹੀ ਮਿਲਣੀ ਜੇ ਬਾਦਲ ਦੇ ਪੈਰਾਂ 'ਚ ਬੈਠੋਗੇ ਜੇ ਤਿਆਗ ਕਰਨਾ ਜਾਣਦੇ ਹੋ ਤੇ ਸੰਤ ਤਾਂ ਹੀ ਰਹਿ ਸਕਦੀ ਬਾਬਾ ਵੀਰ ਸਿੰਘ ਵਰਗਾ ਨਿਹੰਗ ਕੋਈ ਬਣ ਸਕਦਾ ਬਾਬੇ ਵੀਰ ਸਿੰਘ ਵਰਗਾ ਸੰਤ ਕੋਈ ਸ਼ਾਂਤੀਸ਼ਰ ਸਿੰਘ ਵਰਗਾ ਸੰਤ ਕੋਈ ਆ ਸਕਦਾ ਸ਼ਾਂਤੀਸ਼ਰ ਸਿੰਘ ਜੀ ਨੇ ਟਾਈਮ ਦਿੱਤਾ ਗਿਆਨੀ ਜੈਲ ਸਿੰਘ ਸੀਐਮਸੀ 5 ਮਿੰਟ ਲੇਟ ਹੋ ਗਿਆ ਗਿਆਨੀ ਜੈਲ ਸਿੰਘ ਬਾਬਾ ਜੀ ਆਪਣੇ ਦਵਾਨ 'ਚ ਆ ਗਏ ਉਸ ਰਾਹ 'ਚ ਮਿਲ ਗਿਆ ਉਹ ਕਹਿੰਦੇ ਵੀ ਅੱਗੇ ਤੋਂ ਟਾਈਮ ਤੇ ਆਈ ਹੁਣ ਛੋਟੀ ਇਹ ਸੀਗਾ ਸੰਤ ਅੱਜ ਸਾਡੇ ਸੰਤ ਖੋਣ ਵਾਲੇ ਬਾਦਰ ਦੇ ਦਰਮੂਰੇ ਤਿੰਨ ਤਿੰਨ ਘੰਟੇ ਬੈਠੇ ਰਹਿੰਦੇ ਉਹਨਾਂ ਦੇ ਦਰਸ਼ਨ ਕਰਨ ਨੂੰ ਬਾਦਲ ਦੇ ਦਰਸ਼ਨ ਕਰਨ ਨੂੰ ਇਹ ਸਾਡਾ ਸੰਤ ਸਮਾਜ ਤੋਂ ਸਾਡੇ ਗ੍ਰੰਥੀਆਂ ਨੇ ਬਾਬਾ ਬੁੱਢਾ ਜੀ ਦੀ ਪਰੰਪਰਾ ਨੂੰ ਦਾਗ ਲਾਇਆ ਜਿਹੜੇ ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਚੁਣ ਕੇ ਸਿੱਖਾਂ ਵਿੱਚੋਂ ਗੁਰਸਿੱਖਾਂ ਵਿੱਚੋਂ ਤੇ ਹੈਡ ਗ੍ਰੰਥੀ ਦਰਬਾਰ ਸਾਹਿਬ ਲਾਇਆ ਉਹ ਬਾਬਾ ਬੁੱਢਾ ਦੀ ਥਾਂ ਤੇ ਬਹਿਣ ਵਾਲੇ ਅੱਜ ਹਰਾਮ ਖਾ ਰਹੇ ਨੇ ਝੂਠ ਬੋਲਦੇ ਪੈ ਨੇ ਰੋਟੀਆਂ ਕਾਰਨ ਤਾਲਪੁਰ ਦੇ ਪੈ ਨੇ ਇਹ ਪੰਜ ਗ੍ਰੰਥੀ ਕਿਤੇ ਅਣਖ ਵਾਲੇ ਹੁਣ ਇੱਕ ਮਤਾ ਪਾਸ ਕਰ ਦੇਣ ਕਾਲ ਤੱਕ ਤੇ ਕਿ ਇਹ ਪ੍ਰਥਾ ਗੁਰੂ ਦੀ ਚਲਾਈ ਹੋਈ ਆ ਸਰਕਾਰ ਦੀ ਚਲਾਈ ਹੋਈ ਨਹੀਂ ਤੁਸਾਨੂੰ 58 ਸਾਲ ਦਾ ਰਿਟਾਇਰ ਕਰ ਦੇਣਾ ਤੇ ਭਰਤੀ ਉਦੋਂ ਕਰਦਾ ਜਦੋਂ ਸਾਡੀ ਅੱਧੀ ਉਮਰ ਨਿਕਲ ਜਾਂਦੀ ਗੁਰੂ ਅਰਜਨ ਦੇਵ ਜੀ ਨੇ 98 ਸਾਲ ਦੇ ਬਾਬਾ ਬੁੱਢਾ ਜੀ ਨੂੰ ਥਾਪਿਆ ਤੇ ਬਾਦਲ ਜਿਹੜਾ 58 ਸਾਲ ਦੇ ਨੂੰ ਰਿਟਾਇਰ ਕਰਦਾ ਫਿਰ ਉਹ ਬਾਦਲ ਦੇ ਗੋਡੇ ਘੁੱਟਦੇ ਨੇ ਕਿ ਸਾਨੂੰ ਕਰਮਾਂ ਵਾਲਿਆ 2 ਸਾਲ ਹੋਰ ਦੇ ਤੇ ਉਹ ਫਿਰ ਉਹ ਦਿਹਾੜੀ ਤੇ ਕਾਲ ਤਖਤੇ ਰੱਖ ਲੈਂਦਾ ਤੇ ਇਹੋ ਜੇ ਕੋ ਕਰਮ ਕਰਾਉਂਦਾ ਜਿਹੜਾ ਅੱਜ ਕੱਲ ਬੈਠੇ ਤੋ ਸਾਧ ਸੰਗਤ ਜੀ ਦਸਮ ਪਾਤਸ਼ਾਹ ਨੇ ਸਾਨੂੰ ਪੁੱਤਵਾਰ ਕੇ ਮਾਸੂਮ ਬੱਚਿਆਂ ਦੀਆਂ ਜਿੰਦਾਂ দান ਕਰਕੇ ਇੱਕ ਪੰਥ ਦਿੱਤਾ ਇੱਕ ਮਾਰਗ ਦਿੱਤਾ ਇੱਕ ਸਾਡੀ ਆਤਮਾ ਨੂੰ ਪਰਮਾਤਮਾ ਨਾਲ ਮੁਕਤੀ ਦਾ ਵਸੀਲਾ ਮਲਾਉਣ ਦਾ ਮੁਕਤੀ ਦਾ ਵਸੀਲਾ ਦਿੱਤਾ ਉਸ ਗੁਰੂ ਨੂੰ ਪੇਠ ਲਾਂ ਦਈਏ ਪਤਾ ਨਹੀਂ ਕਿਸ ਨੇ ਕਦੋਂ ਤੁਰ ਜਾਣਾ ਕਿਹੜੇ ਬਹਾਨੇ ਮੌਤ ਆ ਜਾਣੀ ਦਸਾਂ ਨੋਆਂ ਦੀ ਕੀਰਤ ਕਰੋ ਪਰਮਾਤਮਾ ਦਾ ਨਾਮ ਜਪੋ ਤੇ ਵੰਡ ਛਕੋ ਇਸ ਤੋਂ ਉੱਚਾ ਕੋਈ ਸਿਧਾਂਤ ਨਹੀਂ ਮੰਗੋ ਨਾ ਕਿਸੇ ਦੇ ਮਨੁੱਖ ਦੇ ਅੱਗੇ ਮੰਗਤੇ ਨਾ ਬਲੋ ਭਾਈ ਗੁਰਦਾਸ ਜੀ ਨੇ ਬੜਾ ਵੱਡਾ ਦਸਤਾਨ ਦਿੱਤਾ ਇੱਕ ਮਨਮੁਖ ਮਾਨਸ ਦੇਹ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ ਜਿਹੜਾ ਮਨ ਦਾ ਮਰੀਦ ਮਨ ਦੀ ਮਰਜ਼ੀ ਨਾਲ ਤੁਰਨ ਵਾਲਾ ਮਨੁੱਖ ਆ ਉਹਦੇ ਨਾਲੋਂ ਪਸ਼ੂ ਤੇ ਪੰਛੀ ਚੰਗੇ ਨੇ ਮਨਮੁਖ ਮਾਨਸ ਦੇਹ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ ਹੋਏ ਸੁਚੇਤ ਅਚੇਤ ਹੋਏ ਮਨੁੱਖ ਨੂੰ ਸੁਚੇਤਨਤਾ ਬਖਸ਼ੀ ਉਹ ਚੇਤ ਹੋ ਗਿਆ ਹੋਏ ਸੁਚੇਤ ਅਚੇਤ ਹੋਏ ਮਾਨਸ ਮਾਨਸ ਦੇਵਲ ਵਹਿਰੇ ਜਿਸ ਨੂੰ ਪ੍ਰਮਾਤਮਾ ਨੇ ਚੇਤਨ ਸਤਾ ਦਿੱਤੀ ਉਹ ਅਚੇਤ ਬਣ ਕੇ ਮਨੁੱਖ ਮਨੁੱਖ ਦੇ ਅੱਗੇ ਮੰਗਤਾ ਬਣ ਕੇ ਖੜਾ ਮਾਨਸ ਮਾਨਸ ਦੇਵਲ ਵਹਿਰੇ ਪਸ਼ੂ ਨਾ ਮੰਗੇ ਪਸ਼ੂ ਤੇ ਪੰਖੇ ਰੂ ਪੰਖੇ ਰੂ ਕੇਰੇ ਭਾਈ ਗੁਰਦਾਸ ਜੀ ਫਰਮਾਉਂਦੇ ਕਦੀ ਨਹੀਂ ਦੇਖਿਆ ਪਸ਼ੂ ਪਸ਼ੂ ਦੇ ਅੱਗੇ ਮੰਗਤਾ ਬਣ ਕੇ ਖੜਾ ਹੋਵੇ ਜਿਨੂੰ ਪ੍ਰਮਾਤਮਾ ਨੇ ਹੱਥ ਨਹੀਂ ਦਿੱਤੇ ਜਿਨੂੰ ਦਿਮਾਗ ਨਹੀਂ ਦਿੱਤਾ ਜਿਨੂੰ ਬੁੱਧ ਨਹੀਂ ਦਿੱਤੀ ਜਿਨੂੰ ਹੱਥ ਪੈਰ ਕਮਾਈ ਕਰਨੋਂ ਨਹੀਂ ਦਿੱਤੇ ਸਰੀਰ ਬੜੇ-ਬੜੇ ਵੱਡੇ ਦਿੱਤੇ ਮਨ-ਮਨ ਜਿੰਨਾਂ ਦੀ ਖੁਰਾਕ ਆ ਪਰ ਦੋ ਰੋਟੀਆਂ ਖਾਣ ਵਾਲੀ ਚੇਤਨ ਸਤਾ ਪ੍ਰਮਾਤਮਾ ਨੇ ਆਪਣੀ ਅੰਸ਼ ਜਿਹਨੂੰ ਦਿੱਤੀ ਤੇ ਇੱਕ ਧਰਤੀ ਦੀ ਸਿੱਖਦਾਰੀ ਸਰਦਾਰੀ ਦਿੱਤੀ ਉਹ ਮਨੁੱਖ ਅਜ ਮਾਨ ਸਮਾਨ ਸੇਵਾਰ ਮੰਗਤਾ ਬਣਿਆ ਬੈਠਾ ਆ ਸਾਡੇ ਅਕਾਲੀ ਦਲ ਤੋਂ ਸਾਨੂੰ ਵਰਕਰਾਂ ਤੋਂ ਇਹ ਆਸ ਨਹੀਂ ਸੀ ਕਿ ਉਹ ਇਸ ਮਨੁੱਖ ਦੇ ਅੱਗੇ ਸਟੱਬਰ ਦੇ ਅੱਗੇ ਮੰਗਤੇ ਬਣ ਕੇ ਖੜੇ ਹੋ ਜਾਣਗੇ। ਉਹਨਾਂ ਦੀ ਵੀ ਚਲੋ ਅਗਿਆਨਤਾ ਹੋ ਸਕਦੀ ਜਿਹੜਾ ਜਿਹੜਾ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਬੈਠਾ ਗ੍ਰੰਥੀ ਆ ਉਹਨੂੰ ਵੀ ਕੋਈ ਭੋਲਿਆ ਉਸ ਨੇ ਵੀ ਗੁਰੂ ਗ੍ਰੰਥ ਸਾਹਿਬ ਨਹੀਂ ਪੜਿਆ। ਗੁਰੂ ਗ੍ਰੰਥ ਸਾਹਿਬ ਤੇ ਉਹਦਾ ਵਿਸ਼ਵਾਸ ਨਹੀਂ ਰਿਹਾ। ਉਹਨੂੰ ਵੀ ਲੱਗਣ ਲੱਗ ਪਿਆ ਕਿ ਮੇਰਾ ਅੰਦਾਤਾ ਬਾਦਲ ਹੀ ਐ। ਮੇਰੇ ਬੱਚਿਆਂ ਦਾ ਅੰਦਾਤਾ ਵੀ ਇਹੀ ਐ। ਆ ਦੱਸੋ ਫਖਰੇ ਕੌਮ ਦਾ ਖਿਤਾਬ ਲੈ ਰਿਆ ਗ੍ਰੰਥੀ ਦੇ ਰਹੇ ਨੇ ਜਿਹੜਾ ਕੌਮ ਦੀਆਂ ਜਣਾ ਚ ਚੰਗੀ ਤਰ੍ਹਾਂ ਬੈਠਣ ਵਾਲਾ ਉਹ ਫਖਰੇ ਕੌਮ ਦਾ ਖਿਤਾਬ ਲੈ ਰਿਆ ਤੇ ਇਥੇ ਮੱਕੜ ਸਾਹਿਬ ਨੇ ਕਿਹਾ ਕਿ ਮੈਨੂੰ ਵੀ ਦਿਓ ਉਹਨੇ 2-3 ਦਿਨ ਆੜਟਾਲਾ ਕੀਤਾ ਇਹਨੇ ਭੇਜਿਆ ਮੈਂਬਰ ਉਹਦੇ ਕੋਲ ਕਿ ਮੈਨੂੰ ਦਿਓ ਉਹ ਕੀ ਹੋਇਆ ਕਿ ਉਹਨੇ ਕਿਹਾ ਪਹਿਲਾਂ ਮੇਰਾ ਕੰਮ ਕਰੋ ਫਿਰ ਕਰਵਾ ਲਓ ਫਿਰ ਉਹਦੀ ਬੇਟੀ ਸੀ ਉਹਨੂੰ ਕੋਈ ਤਰੱਕੀ ਦੇਣੀ ਸੀ ਉਹ ਪਹਿਲਾਂ ਇਹਨੇ ਦਿੱਤੀ ਮੱਕੜਨੇ ਤੇ ਫਿਰ ਉਹਨੇ ਉਹਨੂੰ ਸ਼ਰਮਣੀ ਸੇਵਕ ਦਾ ਬਾੜ ਦੇ ਦਿੱਤਾ ਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਪੰਥਕ ਜਿਹੜੇ ਮਸਲੇ ਨੇ ਜਿਹੜੇ ਸਾਡੇ ਸਿਧਾਂਤ ਨੇ ਉਹ ਖੁਰਦੇ ਜਾ ਰਹੇ ਨੇ ਇੱਕ ਪਰਿਵਾਰ ਪਲਦਾ ਜਾ ਰਿਹਾ ਪੰਜਾਬ ਡੁੱਬਦਾ ਜਾ ਰਿਹਾ ਜਵਾਨੀ ਡੁੱਬਦੀ ਜਾ ਰਹੀ ਆ ਬੱਚੇ ਜਿਹੜੇ ਸਮੈਕ ਦੇ ਤੇ ਨਸ਼ਿਆਂ ਵਿੱਚ ਲੱਗ ਕੇ ਜ਼ਿੰਦਗੀ ਬਰਬਾਦ ਕਰ ਰਹੇ ਨੇ ਸਾਡੀ ਪੰਜਾਬ ਦੇ ਵਿੱਚ ਦੇਖੋ ਨਸ਼ਿਆਂ ਦੇ ਕਾਰਨ ਸਾਡੀ ਫੌਜ ਦੇ ਵਿੱਚ ਭਰਤੀ ਨਹੀਂ ਹੋ ਰਹੀ ਜਿਹਦੇ ਕੋਲ ਛਾਤੀ ਆ ਸਰੀਰ ਆ ਉਹਦੇ ਕੋਲ ਐਜੂਕੇਸ਼ਨ ਨਹੀਂ ਜਿਹਦੇ ਕੋਲ ਐਜੂਕੇਸ਼ਨ ਉਹਦੇ ਕੋਲ ਸਰੀਰ ਨਹੀਂ ਜਿਹੜਾ ਦੋਹਾਂ ਗੱਲਾਂ ਤੋਂ ਵੀ ਨਕਾਰਾ ਉਹ ਆਪਣੇ ਸਮੈਕ ਦੇ ਭੇਟ ਚੜ ਗਿਆ ਕੋਈ ਪੰਜਾਬ ਚੋਂ ਖੇਡ ਦਾ ਖੇਡ ਖੇਡ ਲਈ ਖਿਡਾਰੀ ਜਿਹੜਾ ਕੋਈ ਤਕਮਾ ਨਹੀਂ ਲਿਆ ਰਿਆ ਹਰਿਆਣਾ 33 33% ਸੋਨੇ ਦੇ ਤਕਮੇ ਲੈ ਕੇ ਗਿਆ ਪੰਜਾਬ ਨੂੰ ਲੋਹੇ ਦਾ ਨਹੀਂ ਮਿਲਿਆ ਪੰਜਾਬ ਦੀ ਆਰਥਿਕਤਾ ਤੁਸੀਂ ਦੇਖੋ ਜਿਹੜੀ ਰੋਡਵੇਜ ਉਹ ਖਤਮ ਹੋ ਗਈ ਕੋਈ ਬੱਸ ਕਨੈਕਟਰ ਕੋਈ ਰੇਰ ਡਰਾਈਵਰ ਕੋਈ ਭਰਤੀ ਨਹੀਂ ਹੋ ਰਿਆ ਠੇਕੇ ਤੇ ਚੱਲ ਰਿਆ ਕੰਮ ਬਿਜਲੀ ਬੋਰਡ ਦੇ 120000 ਮੁਲਾਜ਼ਮ ਸਾਂਝ 35000 ਰਹਿ ਗਏ ਕੋਈ ਭਰਤੀ ਨਹੀਂ ਹੋ ਰਿਆ ਰਿਟਾਇਰ ਹੋਣ ਤੋਂ ਬਾਅਦ ਠੇਕੇ ਤੇ ਕੰਮ ਚੱਲ ਰਹੇ ਨੇ ਜਿਹੜਾ ਮੰਡੀਕਰਨ ਬੋਰਡ ਜਿਹੜਾ ਕਦੀ ਸੜਕਾਂ ਬਣਾਉਂਦਾ ਸੀ ਪੰਜਾਬ ਦੀਆਂ ਅੱਜ 12000 ਰੁਪਏ ਦਾ ਕਰਜ਼ਾਈ 12000 ਕਰੋੜ ਦਾ ਕਰਜ਼ਾਈ ਤੇ ਜਿਹਦੀਆਂ ਬਿਲਡਿੰਗਾਂ ਗਿਰਵੀ ਰੱਖੀਆਂ ਹੋਈਆਂ ਨੇ ਇਸੇ ਤਰ੍ਹਾਂ ਪੁੱਡਾ ਜਿਹੜਾ ਉਹ ਜਿੰਨਾ ਪੈਸਾ ਉਹਦਾ ਹੁੰਦਾ ਉਹ ਪ੍ਰਕਾਸ਼ ਸਿੰਘ ਬਾਦਲ ਨੇ ਮਗਵਾ ਕੇ ਤੇ ਇਲੈਕਸ਼ਨਾਂ ਤੇ ਲਾਇਆ ਅੱਜ ਪੰਜਾਬ ਰੁੱੜਦਾ ਪਿਆ ਇਸ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਾਡੇ ਤੇ ਹੈ ਤੇ ਖਾਸ ਕਰਕੇ ਸਾਡੀ ਜ਼ਿੰਮੇਵਾਰੀ ਹੈ ਧਰਮ ਨੂੰ ਬਚਾਉਣ ਦੀ ਜਿਹੜਾ ਧਰਮ ਗੁਰੂ ਸਾਹਿਬ ਨੇ ਸਾਨੂੰ ਕੁਰਬਾਨੀਆਂ ਤੋਂ ਬਾਅਦ ਦਿੱਤਾ ਜਿਹੜੇ ਸਿਧਾਂਤ ਸਾਨੂੰ ਗੁਰੂ ਸਾਹਿਬ ਨੇ ਕੁਰਬਾਨੀਆਂ ਤੋਂ ਬਾਅਦ ਦਿੱਤੇ ਉਹਨਾਂ ਸਿਧਾਂਤਾਂ ਨੂੰ ਜਿਉਂਦਾ ਰੱਖਣਾ ਸਾਡਾ ਫਰਜ਼ ਬਣਦਾ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਰੂਹ ਕੱਢ ਦਿੱਤੀ 90 ਦੇ ਵਿੱਚ ਅੱਜ ਉਹ ਇੱਕ ਪਾਰਟੀ ਐ ਜਿਹੜੀ ਜਿਹੜੀ ਸਧਾਰਨ ਪਾਰਟੀਆਂ ਦੀ ਤਰ੍ਹਾਂ ਪਾਰਟੀ ਆ ਉਹਦਾ ਮੁੱਲ ਵੱਟਦਾ ਜਦੋਂ ਇਲੈਕਸ਼ਨ ਹੁੰਦੇ ਨੇ ਪ੍ਰਬੰਧਕ ਕਮੇਟੀ ਦੇ ਕਿਉਂਕਿ ਉਹ ਇਲੈਕਸ਼ਨ ਦੇ ਵਿੱਚ ਹਿੱਸਾ ਨਹੀਂ ਲੈ ਸਕਦੀ ਉਹੋ ਜੀ ਪਾਰਟੀ ਤੋਂ ਜਿਹੜੀ ਰੂਹ ਕੱਢੀ ਉਹ ਅਕਾਲੀਆਂ ਨੇ ਪਾਈ ਸੀ ਪ੍ਰਬੰਧਕ ਕਮੇਟੀ ਦੀ ਸੇਫਟੀ ਵਾਸਤੇ ਤੇ ਪ੍ਰਬੰਧਕ ਕਮੇਟੀ ਦੇ ਵਿੱਚ ਆਪਣੇ ਸਿਧਾਂਤ ਨੂੰ ਜਿਉਂਦਾ ਰੱਖਣ ਲਈ ਗੁਰੂ ਨਾਨਕ ਦੇ ਮਿਸ਼ਨ ਨੂੰ ਜਿਉਂਦਾ ਰੱਖਣ ਦੇ ਦਸਮ ਪਾਤਸ਼ਾਹ ਦੀ ਖਾਲਸਾਈ ਆਈਡੀ ਨੂੰ ਜਿਉਂਦਾ ਰੱਖਣ ਲਈ ਉਹ ਅਕਾਲੀ ਦਲ ਅੱਜ ਲੱਭਣਾ ਨਹੀਂ ਤੁਹਾਨੂੰ ਹੋਰ ਸਾਲ ਬਾਅਦ ਤੁਸੀਂ ਦੇਖਿਓ ਅਸੀਂ ਕਿੱਥੇ ਆਪਣੇ ਆਪ ਨੂੰ ਖੜੇ ਪਾਵਾਂਗੇ ਸਾਡਾ ਇਸ ਪੰਜਾਬ ਚ ਬਚਿਆ ਕੀ ਹੋਊਗਾ ਜਿਹੜੇ ਪ੍ਰਾਤਨ ਸਿੱਖਾਂ ਨੇ ਅਕਾਲੀ ਦਲ ਬਣਾਇਆ ਉਹਨਾਂ ਨੇ ਆਪਣੀਆਂ ਜ਼ਮੀਨਾਂ ਕੋਰ ਕਰਵਾਈਆਂ ਕੈਦਾਂ ਕੱਟੀਆਂ ਗੋਲੀਆਂ ਖਾਧੀਆਂ ਜੁਰਮਾਨੇ ਕਰਵਾਏ ਤੋ ਉਹਨਾਂ ਨੇ ਕਾਲੀ ਦਲ ਬਣਾਇਆ ਸਵਾਰਥ ਛੱਡ ਕੇ ਕੋਈ ਲायलਪੁਰ ਲायलਪੁਰ ਖਾਲ ਲायलਪੁਰ ਦਵਾਨ ਕੋਈ ਮਾਝਾ ਦਵਾਨ ਕੋਈ ਮਾਲਵਾ ਦਵਾਨ ਕੋਈ ਲਾਹੌਰ ਦੀਵਾਨ ਕੋਈ 12 ਦਾ ਦੀਵਾਨ ਇਹ ਸਾਰੇ ਦੀਵਾਨ ਭੰਗ ਕਰਕੇ ਇੱਕ ਅਕਾਲੀ ਦਲ ਬਣਾਇਆ ਤੇ ਉਹਨਾਂ ਦੇ ਅਕਾਲੀਆਂ ਦਾ ਵਿੱਚ ਕਰਤਾਰ ਸੀ ਕਿ ਉਹ ਕਦੀ ਵੀ ਲੰਗਰ ਚੋਂ ਪ੍ਰਸ਼ਾਦਾ ਨਹੀਂ ਸੀ ਛਕਦੇ ਇਹ ਕਹਿੰਦੇ ਸੀ ਕਿ ਯਾਤਰੂ ਲਈ ਸਾਡੇ ਲਈ ਨਹੀਂ ਆਪ ਤੰਦੂਰਾਂ ਤੋਂ ਰੋਟੀ ਖਾਂਦੇ ਸੀ ਫਿਰ ਉਹ ਪ੍ਰਦਖਣਾ ਚ ਸੌਂਦੇ ਸੀ ਕਿ ਕਮਰੇਸ਼ ਯਾਤਰੂ ਲਈ ਅੱਜ ਯਾਤਰੂ ਨੂੰ ਕੁਝ ਮਿਲਦਾ ਨਹੀਂ ਅੱਜ ਸਾਡੇ ਨੌਜਵਾਨ ਬੱਚਿਆਂ ਨੂੰ ਕੋਈ ਸਕਾਲਰਸ਼ਿਪ ਨਹੀਂ ਮਿਲਦੀ ਕੋਈ ਸਹਾਇਤਾ ਨਹੀਂ ਮਿਲਦੀ ਗਰੀਬ ਬੱਚਿਆਂ ਨੂੰ ਪੜ੍ਹਨ ਲਈ ਜਦ ਕੇ ਤੁਸੀਂ ਪ੍ਰਤਾਪ ਸਿੰਘ ਕੈਰੋਂ ਦਾ ਨਾਮ ਸੁਣਿਆ ਪ੍ਰਾਤਨ ਬਜ਼ੁਰਗਾਂ ਨੇ ਦੇਖਿਆ ਵੀ ਹੋਊਗਾ ਖੁੱਲਾ ਦਾੜਾ ਰੱਖਦਾ ਸੀ ਸੀਐਮ ਰਿਆ ਪੰਜਾਬ ਦਾ ਉਹ ਉਸ ਬੰਦੇ ਨੇ ਪ੍ਰਬੰਧਕ ਕਮੇਟੀ ਦੀ ਸਕਾਲਰਸ਼ਿਪ ਤੇ ਅਮਰੀਕਾ ਤੋਂ ਪੜ੍ਹਾਈ ਕਰਕੇ ਆਇਆ ਸੀ ਤੇ ਉਹਦਾ ਭਰਾ ਰੂਸ ਤੋਂ ਪੜ੍ਹਾਈ ਕਰਕੇ ਆਇਆ ਕਮੇਟੀ ਦੇ ਪੈਸਾ ਨਾਲ ਕਮੇਟੀ ਇਤਰਾ ਹੈਲਪ ਕਰਦੀ ਸੀ ਗਰੀਬ ਬੱਚਿਆਂ ਦੀ ਅੱਜ ਉਹ ਗਰੀਬ ਬੱਚਿਆਂ ਦੀ ਥਾਂ ਤੇ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਪਾਲਦੀ ਪਈ ਇਹ ਲੀਡਰ ਆਪਣੇ ਢਿੱਡ ਭਰਦੇ ਪਏ ਨੇ ਗਰੀਬ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਜਿਹੜਾ ਹਸਪੀਟਲ ਆ ਤੁਹਾਡੇ ਸਾਹਮਣੇ ਡੀਸੀਐਮ ਚੱਲ ਰਿਹਾ ਆਰੀਆ ਸਮਾਜੀਆਂ ਦਾ ਸੀਐਮਸੀ ਚੱਲ ਰਿਹਾ 크੍ਰਿਸਚੀਅਨ ਭਰਾਵਾਂ ਦਾ ਅਪੋਲੋ ਚੱਲ ਰਿਹਾ ਨਾਮ ਧਾਰੀ ਸੰਪਰਦਾ ਦਾ ਇਹ ਸਾਰੇ ਉਧਰੋਂ ਰਾਧਾ ਸਵਾਮੀਆ ਦਾ ਵਿਆਸ ਵਿੱਚ ਚੱਲ ਰਿਹਾ ਸਾਰਿਆਂ ਦੀਆਂ ਰਿਪੋਰਟਾਂ ਬੜੀਆਂ ਵਧੀਆ ਤੇ ਇਹਨਾਂ ਦੇ ਜਿਹੜੇ ਬਿੱਲ ਨੇ ਉਹ ਘਟ ਨੇ ਗੁਰੂ ਰਾਮਦਾਸ ਜੀ ਦੇ ਤੁਸੀਂ ਹਸਪਤਾਲ 'ਚ ਜਾ ਕੇ ਦੇਖੋ ਕਾਹ ਬੋਲਦੇ ਪਏ ਨੇ ਨਾ ਇਲਾਜ ਆ ਔਰ ਦੂਸਰਾ ਕੋਈ ਰਇਤ ਨਹੀਂ ਗੁਰੂ ਰਾਮਦਾਸ ਦੇ ਨਾਂ ਤੇ ਲੁੱਟਣ ਵਾਲਿਆ ਬੰਦਿਆਂ ਨੇ ਗੁਰੂ ਰਾਮਦਾਸ ਦੇ ਹਸਪੀਟਲ ਨੂੰ ਅੱਜ ਕੀ ਬਣਾ ਕੇ ਰੱਖਤਾ ਤੁਸੀਂ ਜਾ ਕੇ ਦੇਖ ਸਕਦੇ ਹੋ ਅਸੀਂ ਇੱਥੇ ਬਹੁਤ ਸੰਤੀ ਦੇ ਵਿੱਚ ਜਿਹੜੇ ਕੁਐਸਚਨ ਨੇ ਉਹ ਸਭ ਤੋਂ ਘੱਟ ਆਬਾਦੀ ਦੇ ਵਿੱਚ ਨੂੰ ਉਹਨਾਂ ਦੇ ਸਭ ਤੋਂ ਜ਼ਿਆਦਾ ਐਜੂਕੇਸ਼ਨ ਅਧਾਰੇ ਨੇ ਤੇ ਰਿਜ਼ਲਟ ਉਹਨਾਂ ਦੇ ਜ਼ਿਆਦਾ ਚੰਗੇ ਨੇ ਅਜੇ ਪੰਜਾਬ ਚ ਕੋਈ 1 ਨੰਬਰ ਤੇ ਬੱਚੇ ਆਉਂਦੇ 2 ਨੰਬਰ ਤੇ 3 ਨੰਬਰ ਤੇ ਉਹ ਤੇ ਉਹ ਅਸਾਈਆਂ ਦੇ ਸਕੂਲ ਦੇ ਆਉਂਦੇ ਨੇ ਜਾਂ 3 ਨੰਬਰ ਦੇ ਕਦੀ ਕਦੀ ਵਾਈਪੀਐਸ ਸਕੂਲ ਦਾ ਆਉਂਦਾ ਜਿਹੜਾ ਯਾਦਵਿੰਦਰਾ ਪਬਲਿਕ ਸਕੂਲ ਮੁਹਾਲੀ ਤੇ ਇੱਥੇ ਪਟਿਆਲੇ ਦੋ ਸਕੂਲ ਨੇ ਨਹੀਂ ਤੇ ਕੋਈ ਪ੍ਰਬੰਧਕ ਕਮੇਟੀ ਸਾਡੇ ਬੱਚਿਆਂ ਨੂੰ ਸਕੂਲ ਨਹੀਂ ਦੇ ਸਕੇ ਤੋ ਸਾਡਾ ਜਿਹੜਾ ਐਡਾ ਵੱਡਾ ਖਜ਼ਾਨਾ ਪ੍ਰਬੰਧਕ ਕਮੇਟੀ ਦਾ ਉਹ ਤਬਾਹ ਹੋ ਰਿਹਾ ਉਸ ਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਤੋ ਸਾਡੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਇਹ ਇਸ ਕਰਕੇ ਨੇ ਕਿ ਆਉਣ ਵਾਲੀ ਪੀੜ੍ਹੀ ਲਈ ਅਸੀਂ ਕੁਝ ਸੁਰੱਖਿਸ਼ਤ ਕਰ ਜਾਈਏ ਅਸੀਂ ਤੇ ਅੱਜ ਨਹੀਂ ਤੇ ਕੱਲ੍ਹ ਆ ਪਤਾ ਨਹੀਂ ਕਦੋਂ ਪ੍ਰਮਾਤਮਾ ਕਿਹੜੇ ਟਾਈਮ ਤੇ ਚੁੱਕ ਲਵੇ ਪਰ ਸਾਡਾ ਫਰਜ਼ ਬਣਦਾ ਹੈ ਕਿ ਦਸਮ ਪਾਤਸ਼ਾਹ ਨੇ ਕੋ ਕਿਲੇ ਨਹੀਂ ਬਣਾਇਆ ਜਾਇਦਾਦਾਂ ਨਹੀਂ ਬਣਾਈਆਂ ਰਾਜ ਨਹੀਂ ਭੋਗਿਆ 9 ਸਾਲ ਦੇ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਉਹਨਾਂ ਦੀ ਝੋਲੀ 'ਚ ਆ ਗਿਆ ਸੀ ਤੇ 9 ਸਾਲ ਦੇ ਗੁਰੂ ਹਰਗੋਬਿੰਦ ਪਾਤਸ਼ਾਹ ਜਨ ਜਦੋਂ ਸ਼ਹਾਦਤ ਹੋਈ ਗੁਰੂ ਅਰਜਨ ਦੇਵ ਜੀ ਦੀ ਤੋਂ 9 ਸਾਲ ਦੀ ਉਮਰ ਤੋਂ ਲੈ ਕੇ 43 ਸਾਲ ਦੀ ਉਮਰ ਭੋਗੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਜਦੋਂ ਜ਼ਿੰਮੇਵਾਰੀ ਸੰਭਾਲੀ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਆਇਆ ਝੋਲੀ 'ਚ ਤੇ ਜਦੋਂ ਇਸ ਦੁਨੀਆ ਨੂੰ ਅਲਵਿਦਾ ਆਖਿਆ ਉਦੋਂ ਬੱਚਿਆਂ ਦੇ ਸੀਸ ਕੁਰਬਾਨ ਕਰਕੇ ਗਏ ਇਹ ਸੀ ਉਹਨਾਂ ਦੀ ਜਾਇਜ਼ਾਤ ਤੋਂ ਜਿਹੜਾ ਉਹਨਾਂ ਨੇ ਤੁਹਾਨੂੰ ਫਲਸਫਾ ਦਿੱਤਾ ਜਿਹੜਾ ਉਹਨਾਂ ਨੇ ਤੁਹਾਨੂੰ ਸਿਧਾਂਤ ਦਿੱਤਾ ਮੇਰੇ ਬਾਅਦ ਇਹ ਸਿਧਾਂਤ ਤੁਹਾਡਾ ਵਾਰਸ ਹੋਊਗਾ ਉਹ ਸਿਧਾਂਤ ਅੱਜ ਰੋਲਦਾ ਪਿਆ ਬੇਪਤ ਹੁੰਦਾ ਪਿਆ ਉਹ ਸੇਵਾ ਕਰਦਾ ਕਿਹਾ ਪ੍ਰਦਾਕਾ ਨਕਲੀ ਗੁਰੂਆਂ ਦੀ ਜਿਹੜੇ ਨਕਲੀ ਗੁਰੂ ਸਾਨੂੰ ਖਾ ਜਾਣ ਤੇ ਤੁਲੇ ਹੋਏ ਨੇ ਤੋ ਸਾਡਾ ਸਾਰਿਆਂ ਦਾ ਫਰਜ ਬਣਦਾ ਅਸੀਂ ਇਸ ਨੂੰ ਮਿਲਜੁਲ ਕੇ ਬਚਾਈਏ ਅਸੀਂ ਤਾਂ ਹੀ ਇਸ ਇਸ ਅਦਾਰੇ ਨੂੰ ਇਸ ਕੌਮ ਨੂੰ ਇਸ ਦਸਮ ਪਾਤਸ਼ਾਹ ਦੇ ਮਹਾਨ ਕੁੰਭ ਨੂੰ ਬਚਾ ਪਾਵਾਂਗੇ ਗੁਰੂ ਨਾਨਕ ਦੇ ਮਿਸ਼ਨ ਨੂੰ ਬਚਾ ਦੋ 239 ਸਾਲ ਲੱਗੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਤੱਕ ਉਦੋਂ ਬਾਅਦ 100 ਸਾਲ ਸਿੱਖਾਂ ਨੇ ਆਪਣੇ ਸਰੀਰ ਤੇ ਬੱਚੇ ਕਟਾਏ ਤੇ ਬੀਬੀਆਂ ਸ਼ਹੀਦ ਹੋਈਆਂ ਤਾਂ ਇਹ ਧਰਮ ਬਣਿਆ ਅੱਜ ਇਹ ਧਰਮ ਇੱਕ ਇੱਕ ਪਰਿਵਾਰ ਦੀ ਪੂਜਾ ਕਰਨ ਲਈ ਤਬਾਹ ਹੋ ਰਿਹਾ ਅਸੀਂ ਅੱਖਾਂ ਖੋਲ ਕੇ ਦੇਖੀ ਜਾ ਰਹੇ ਹਾਂ ਤੋਂ ਕਿਤੇ ਗੁਰੂ ਸਾਹਿਬ ਦੇ ਉਹ ਬਚਨ ਮੈਨੂੰ ਯਾਦ ਆਉਂਦੇ ਨੇ ਰੇ ਜਨ ਉਥਾਰੇ ਦੱਬਿਓ ਸੁਤਿਆਂ ਗਈ ਵਹਾਰੇ ਸਾਡੀ ਕਿਤੇ ਸੁਤਿਆਂ ਹੀ ਨਾ ਬੀਤ ਜਾਵੇ ਮੈਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਗੁਰੂ ਨਾਨਕ ਸਾਹਿਬ ਨੇ ਇਹੋ ਜਿਹਾ ਸਮਾਂ ਦੇਖਿਆ ਸੀ ਕਲਯੁਗ ਦਾ ਪ੍ਰਭਾਵ ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ ਜਿਆਦਾਤਰ ਅਸੀਂ ਲੋਕ ਤੇ ਜਿਹੜੇ ਖੋਟੇ ਨੂੰ ਖਰਾ ਸਾਬਤ ਕਰਨ ਲਈ ਜ਼ੋਰ ਲਾਈ ਜਾ ਰਹੇ ਨੇ ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ ਅੰਧੇਕਾਰ ਨਾਓ ਪਾਰਖੂ ਕਲੀ ਕਾਲ ਵਟਾਣੇ ਅੰਨੇ ਨੂੰ ਪਾਰਖੂ ਕਹੀ ਜਾਂਦੇ ਅਸੀਂ ਇਹ ਕਲਯੁਗ ਦਾ ਪ੍ਰਭਾਵ ਨਹੀਂ ਤੇ ਹੋਰ ਕੀ ਹੈ ਤੋ ਸੋਤੇ ਕੋ ਜਾਗਤ ਕਹੇ ਜਾਗਤ ਕੋ ਸੋਤਾ ਜੀਵਤ ਕੋ ਮੂਹਾ ਕਹੇ ਮੂਏ ਨਹੀਂ ਰੋਤਾ ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ ਪਰਕੀ ਕੋ ਆਪਣਾ ਕਹੇ ਆਪਣੋ ਨਹੀਂ ਪਾਇਆ ਮੀਠੇ ਕੋ ਕੜਵਾ ਕਹੇ ਕੜੂਏ ਕੋ ਮੀਠਾ ਰਾਤੇ ਕੀ ਨਿੰਦਾ ਕਰੇ ਐਸਾ ਕਲਮੇ ਡੀਠਾ ਤੋ 체ਰੀ ਕੀ ਸੇਵਾ ਕਰੇ ਠਾਕਰ ਨਹੀਂ ਦੀਸੇ ਪੋਖਰ ਨੀਰ ਬਰੋ ਲਈਏ ਮੱਖਣ ਨਹੀਂ ਰੀਸੇ ਪ੍ਰਮਾਤਮਾ ਨੂੰ ਛੱਡ ਕੇ ਉਹਦੀ ਦਾਸੀ ਦੀ ਸੇਵਾ ਨਾ ਕਰੋ ਪਾਣੀ ਦੇ ਵਿੱਚੋਂ ਕਦੀ ਮੱਖਣ ਨਹੀਂ ਨਿਕਲਦਾ ਇਹ ਗੁਰੂ ਸਾਹਿਬ ਫਰਮਾ ਗਏ ਨੇ ਹੱਕ ਸੱਚ ਲਈ ਇਹ ਜਿਹੜੀ ਜ਼ਿੰਦਗੀ ਦਿੱਤੀ ਪ੍ਰਮਾਤਮਾ ਨੇ ਇਹ ਬੜੀ ਦੁਰਲੱਭ ਹੈ ਇਸ ਨੂੰ ਐਵੇਂ ਨਾ ਗਵਾਓ ਗੁਰੂ ਸਾਹਿਬ ਜੀ ਦੀ ਸ਼ਰਨ ਚ ਲਿਆ ਕੇ ਗੁਰ ਕਹਾ ਸੋਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਦੇ ਮਹਾਕੂਨਸਾਰ ਗੁਰੂ ਆਸਰੇ ਆਪਣੀ ਜ਼ਿੰਦਗੀ ਨੂੰ ਕਰੀਏ ਗੁਰੂ ਦੀ ਸਰਪ੍ਰਸਤੀ ਵਿੱਚ ਸੱਚ ਤੇ ਚੱਲੀਏ ਸਾਡੇ ਬਾਣੇ ਪਾ ਕੇ ਮੱਸਾ ਰੰਗੜ ਬੈਠ ਜਵੇ ਹਰਿਮੰਦਰ ਸਾਹਿਬ ਦੇ ਵਿੱਚ ਤੇ ਉਹਨੂੰ ਅਸੀਂ ਮੱਸਾ ਰੰਗੜ ਨੂੰ ਗੁਰੂ ਰਾਮਦਾਸ ਨਹੀਂ ਮੰਨ ਲੈਣਾ ਉਹ ਮਕਾਮ ਗੁਰੂ ਰਾਮਦਾਸ ਦਾ ਉਦੀ ਪ੍ਰਥਾ ਉਦੀ ਮਰਿਆਦਾ ਗੁਰੂ ਅਰਜਨ ਦੇਵ ਜੀ ਮੁਤਾਬਕ ਚਲਣੀ ਚਾਹੀਦੀ ਆ ਅਕਾਲ ਤਖਤ ਹੋਵੇ ਪਵਿੱਤਰ ਤਾ ਅਕਾਲ ਤਖਤ ਬਾਬੇ ਕਿਆਂ ਦਾ ਬਾਬੇ ਕੇ ਤੇ ਬਾਬਰ ਕੇ ਦੋ ਜਿਹੜੀਆਂ ਗੱਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਯਾਤੀ ਦੇ ਦਸਮ ਗ੍ਰੰਥ ਚ ਲਿਖਿਆ ਨੇ ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ ਬਾਬੇ ਕੇ ਦੀਨ ਦੀ ਪਾਸ਼ਾਹੀ ਬਾਬਰ ਕੇ ਦੁਨੀਆ ਦੀ ਪਾਸ਼ਾਹੀ ਅੱਜ ਦੁਨੀਆ ਦੀ ਪਾਤਸ਼ਾਹੀ ਬਾਬਰ ਕੇ ਉਸ ਬਾਬੇ ਕਿਆਂ ਦੇ ਤਖਤ ਨੂੰ ਥੱਲੇ ਲਾਏ ਬੈਠੇ। ਇਹ ਅਸੀਂ ਨਹੀਂ ਹੋਣ ਦੇਣਾ। ਜੇ ਉਥੇ ਰੰਗਜੀਤ ਨੂੰ ਕੋਈ ਸਰੂਪਾ ਦਿੰਦਾ ਉਹਦਾ ਹੱਥ ਫੜਨਾ ਚਾਹੀਦਾ ਸਾਨੂੰ। ਉਹਦਾ ਗਰੇਵਾਲ ਫੜਨਾ ਚਾਹੀਦਾ ਤੂੰ ਕੌਣ ਹੋਣਾ? ਮਰਿਆਦਾ ਤੋਂ ਬਾਹਰ ਜਾ ਕੇ ਕੰਮ ਕਰਨ ਵਾਲਾ। ਤਾਂ ਸਾਡੀ ਇਹ ਮਰਿਆਦਾ ਬਚੂਗੀ। ਸੋ ਸਮੂਹ ਸੰਗਤਾਂ ਦਾ ਇਲਾਕਾ ਨਿਵਾਸੀਆਂ ਦਾ ਬਾਬਾ ਜੀ ਦਾ ਮਹਾਪੁਰਖਾਂ ਦਾ ਬਹੁਤ-ਬਹੁਤ ਧੰਨਵਾਦ। ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਵੀਰਾਂ ਨੇ ਗੁਰੂ ਦਸਮ ਪਾਤਸ਼ਾਹ ਦੇ ਘਰ ਵਿੱਚ ਦਾਖਲਾ ਲਿਆ ਉਹਨਾਂ ਨੂੰ ਬਹੁਤ-ਬਹੁਤ ਵਧਾਈ। ਸਤਗੁਰੂ ਦੇ ਜਨਮੇ ਗਵਨ ਮਟਾ ਦੇ ਮਹਾਵਾਕ ਅਨੁਸਾਰ ਇਹ ਮਨੁੱਖਾ ਜਨਮ ਦੀ ਪ੍ਰਾਪਤੀ ਹੁੰਦੀ ਹੈ ਕਿ ਅਸੀਂ ਅੰਮ੍ਰਿਤ ਪਾਨ ਕਰਕੇ ਗੁਰਬਾਣੀ ਦੇ ਨਾਲ ਲਾ ਕੇ ਸਤਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੋਹੋਂ ਕਟਾਏ ਇਹ ਅਕਾਲ ਪੁਰਖ ਸੱਚੇ ਵਹਿਗੁਰੂ ਦੇ ਦਰ ਦੀ ਬਾਣੀ ਹੈ ਜਿਹੜੀ ਆਤਮਾ ਵਿੱਚ ਗਈ ਉਹ ਆਤਮਾ ਪਰਮਾਤਮਾ ਨਾਲ ਮਿਲੂਗੀ ਮਿਲੂਗੀ ਲੀਨ ਹੋਊਗੀ ਕਿਉਂਕਿ ਇਹ ਇਹ ਪ੍ਰਮਾਤਮਾ ਨੇ ਦੇ ਦਰ ਦਾ ਵਿਧਾਨ ਹੈ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਅੱਖਾਂ ਮੀਟ ਕੇ ਯਕੀਨ ਕਰਕੇ ਸਵਾਲ ਨਾ ਕਰੀਏ ਗੁਰੂ ਦੇ ਅੱਗੇ ਸਵਾਲ ਨਹੀਂ ਸੇਵਾ ਸਵਾਲ ਤੇ ਜਵਾਬ ਦੋਵੇਂ ਇੱਕ ਟਾਈਮ ਨਹੀਂ ਹੁੰਦੇ ਜਾਂ ਜਵਾਬ ਕਰ ਲਓ ਸਵਾਲ ਕਰ ਲਓ ਤੇ ਜਾਂ ਫਿਰ ਗੁਰ ਕਹਾ ਸੋ ਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਨਾਨਕ ਗੁਰਮਤਿ ਸਾਥ ਸਮਾਵੋ ਸੋ ਭੋਲ ਚੋਕ ਲਈ ਖੇਮਾ ਸਮੂਹ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ